ਕਿਸਾਨ ਦੇ ਦਾ ਮਨਾਣਾ ਨਾ ਇਹ ਤੇ ਕਿਸਾਨ ਦਾ ਕਫਨ ਦੇ ਮਨਾਣਾ ਚਾਹੀਦਾ ਕਿਸਾਨ ਦੇ ਨਹੀਂ ਮਨਾਣਾ ਚਾਹੀਦਾ ਕਿਉਂਕਿ ਨਾ ਆਸਮੋਲਕ ਚ ਖਾ ਦੇ ਨਾ ਬਿਜਲੀ ਏ ਜੇ ਡੀਜ਼ਲ ਏ ਤੇ ਉਹ ਬੜਾ ਮਹਿੰਗਾ ਹੈ ਜੇ ਟਰੈਕਟਰ ਏ ਤੇ ਉਹ 28-24 ਲੱਖ ਦਾ ਹੋ ਗਿਆ ਹੈ ਇਸ ਟਾਈਮ ਮੌਜੂਦਾ ਰੇਟ ਗਵਰਨਮੈਂਟ ਦਾ 2200 ਰੁਪਿਆ ਹੈ ਖਾਦ ਦਾ ਤੇ ਮੈਂ ਕਹਿੰਨਾ ਕਿ ਰੁਪਿਆ 3000 ਸਾਡੇ ਕੋਲ ਫੜੋ ਤੇ ਸਾਨੂੰ ਖਾਦ ਲਿਆ ਦਿਓ ਬੀ ਦੇ ਸੂਰਤੇ ਹਾਲ ਹੈ ਵੇ ਕਿ ਤੁਸੀਂ ਜਿਹੜਾ ਮਰਜ਼ੀ ਵੀ ਹੈ ਇਸ ਟਾਈਮ ਮੌਜੂਦਾ ਲਾ ਲਓ ਉਹ ਗਵਰਨਮੈਂਟ ਕੋਲੋਂ ਲੈ ਕੇ ਲਾ ਲਓ ਵਿੱਚ ਗੰਦੁਗੇਗਾ ਤੇ ਬੀ ਅੱਛਾ ਗਵਰਨਮੈਂਟ ਕੋ ਲੈ ਕੇ ਲਾਨ ਦਾ ਮਕਸਦ ਹੈ ਨਾ ਵਿੱਚ ਹੋਰ ਦਾਣੇ ਨਾਨ ਹੋਰ ਸਿੱਟੀ ਨਾ ਆਵੇ ਹੋਰ ਕੋਈ ਬੀਜ ਜਿਹੜੇ ਫਜ਼ੂਲ ਨੇ ਉਹ ਨਾ ਵਿੱਚ ਇੱਥੇ ਗੰਧਮ ਦਾ ਬੀਜ ਹੈ ਵਿੱਚ ਜੋ ਨਿਕਲਦੇ ਹੁੰਦੇ ਨੇ ਤੇ ਅਸੀਂ ਤੇ ਵਜ਼ੀਰ ਆਲਾ ਪੰਜਾਬ ਚੋਇ ਪ੍ਰਵੇਸ਼ لال ਸਾਹਿਬ ਅੱਗੇ ਅਪੀਲ ਕਰਨੇ ਆ ਕਿ ਤੁਸੀਂ ਆਪਣਾ ਜ਼ਿੰਮੇਵਾਰ ਘਰਾਨੇ ਜੋ ਜੱਟ ਭਰਾਤਰੀ ਜੋ ਤੇ ਕੁਝ ਨਾ ਕੋਈ ਖਦਾਖੋਫੀ ਕਰਕੇ ਆਪਣੀਆਂ ਸੰਭਲੀਆਂ ਦੇ ਬਾਰੇ ਜੀ ਨਾ ਪਰੇਸ਼ਾਨ ਨਾ ਹੋ ਪਿਆहां ਸੰਭਲੀਆਂ ਤੋੜਨੀਆਂ ਨੇ ਜਾਂ ਮਾਲ ਬਚਾਣਾ ਹੈ ਜਾਂ ਖਾਣਾ ਕੋਈ ਜ਼ਿੰਮੇਦਾਰ ਤੱਕ ਵੀ ਕਲਾ ਹੜੋ ਪਿਆਰੇ ਵੇਖਣ ਵਾਲਿਓ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਮੀਆਂ ਵਾਲੀ ਬੰਗਲੇ ਇਹ ਪਿੰਡ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਡਸਕਾ ਦੇ ਵਿੱਚ ਆਬਾਦ ਇਸ ਪਿੰਡ ਦੇ ਕੁਝ ਜ਼ਿੰਮੇਦਾਰ ਦੋਸਤਾਂ ਭਰਾਵਾਂ ਨੇ ਸਾਨੂੰ ਵੰਗਾਰੇ ਆਸੀ ਸਾਨੂੰ ਦਾਵਤ ਦਿੱਤੀ ਸੀ ਕਿ ਅਸੀਂ ਇੱਥੇ ਉਹਨਾਂ ਦੇ ਪਿੰਡ ਆਈਏ ਤੇ ਜ਼ਰਾਤ ਦੇ ਮੁਤਲਕ ਕਾਸ਼ਤਕਾਰੀ ਦੇ ਮੁਤਲਕ ਉਹਨਾਂ ਦੇ ਕੁਝ ਮਸਾਇਲ ਨੇ ਉਹ ਸੁਣੀਏ ਤੇ ਸੁਣ ਕੇ ਉਹਨਾਂ ਦੀ ਆਵਾਜ਼ بلند ਕਰੀਏ ਤੇ ਉਹਨਾਂ ਦੇ ਮਸਾਇਲ ਹੁਕਮਰਾਨਾਂ ਦੇ ਇਵਾਨਾ ਤਾਈ ਪਹੁੰਚਾਈਏ ਇਸੇ ਮਕਸਦ ਲਈ ਅੱਜ ਜਸੀ ਇੱਥੇ ਆਏ ਆ ਇਹਨਾਂ ਦਾ ਸਭ ਤੋਂ ਵੱਡਾ ਮਸਲਾ ਤੇ ਇਹ ਵੇ ਕਿ ਇਹਨਾਂ ਨੂੰ ਖਾਦ ਦੀ ਅਦਮ ਦਸਤਿਆਬੀ ਤੇ ਕਮਯਾਬੀ ਦਾ ਸਾਹਮਣਾ ਹੈ ਸਾਬੋ ਖਾਦ ਦਾ ਸਰਕਾਰੀ ਰੇਟ 2200 ਰੁਪਇਆ ਬੋਰੀ ਹੈ ਲੇਕਿਨ ਇਹਨਾਂ ਜ਼ਿੰਮੇਦਾਰ ਭਰਾਵਾਂ ਦਾ ਇਹ ਅੱਖਣਾ ਹੈ ਕਿ ਇਹ 2900 3000 ਰੁਪਏ ਤੱਕ ਵੀ ਵੈਸੇ ਦਿਨ ਨੂੰ ਤਿਆਰ ਨੇ ਲੇਕਿਨ ਇਹਨਾਂ ਨੂੰ ਖਾਦ ਨਹੀਂ ਮਿਲਦੀ। ਮਜ਼ੀਦ ਕੀ ਵਜੂਹਾਤ ਨੇ ਖਾਦ ਦੀ ਅਦਮ ਦਸਤੀਆਬੀ ਦੀਆਂ। ਆਓ ਤੁਹਾਨੂੰ ਇਹਨਾਂ ਦੋਸਤਾਂ ਨਾਲ ਮਿਲਵਾਈਏ ਤੇ ਇਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਈਏ। ਆਓ ਜਰਾ ਇਹਨਾਂ ਦੀਆਂ ਗੱਲਾਂ ਬਾਤਾਂ ਸੁਣੀਏ। ਸਾਹਿਬੋ ਇਹ ਸਾਡੇ ਜ਼ਿੰਮੇਦਾਰ ਦੋਸਤ ਨੇ ਜਿਨ੍ਹਾਂ ਨੇ ਆਪਣੇ ਮਸਾਇਲ ਬਾਰੇ ਸਾਨੂੰ ਬੁਲਾਇਆ ਹੈ ਕਿ ਅਸੀਂ ਇਹਨਾਂ ਦੀ ਆਵਾਜ਼ ਆ ਕੇ ਬੁਲੰਦ ਕਰੀਏ ਮੁਹੰਮਦ ਨਵਾਜ਼ ਸਾਹਿਬ ਨੇ ਇਹ ਲੰਬੜਦਾਰ ਨੇ ਇਸ ਪਿੰਡ ਦੇ ਇਹਨਾਂ ਤੋਂ ਗੱਲਬਾਤ ਦਾ ਮੋਢ ਬੰਨ੍ਹਿਆ ਇਹਨਾਂ ਨੂੰ ਪੁੱਛਨੇ ਆ ਇਹ ਸਾਰੇ ਦੋਸਤਾਂ ਦੀ ਤਰਜਮਾਨੀ ਕਰਕੇ ਦੱਸਣਗੇ ਕਾਸ਼ਤਕਾਰਾਂ ਦੇ ਕੀ ਮਸਾਇਲ ਨੇ ਜੀ ਲੰਬੜ ਸਾਹਿਬ ਇਹ ਦੱਸੋ ਕਿ ਕੀ ਤੁਸੀਂ ਪਿਆਸਦੇ ਹੋ ਵੀ ਖਾਦ ਨਹੀਂ ਲੱਭਦੀ ਤੇ ਫਸਲ ਦਾ ਸੀਜ਼ਨ ਹੈ ਤੇ ਇਹਦੇ ਬੋ ਜ਼ਰਾ ਦੱਸੋ ਸਾਡੇ ਦੋਸਤਾਂ ਨੂੰ ਵੀ ਵਿਊਅਰਸ ਨੂੰ ਵੀ ਦੱਸੋ ਤਾਂ ਹੁਕਮਰਾਨਾਂ ਤੱਕ ਵੀ ਆਪਣੀ ਆਵਾਜ਼ ਪਹੁੰਚਾਓ ਸਰ ਇਹ ਕਨਕ ਦੀ ਫਸਲ ਜਿਹੜੀ ਹੈ ਨਾ ਜੀ ਇਹ ਉਹਨ ਸਾਡੇ ਬਗੈਰ ਖਾਦ ਤੋਂ ਨਹੀਂ ਹੋਣੀ ਹਾਂ ਇਹਨੂੰ ਪਾਣੀ ਬਾਲਾ ਤਿਆਰ ਹੈ ਇਹਨੂੰ ਪਾਣੀ ਦੇਣਾ ਯੂਰੀਆ ਖਾਦ ਪਾਣੇ ਆ ਜੀ ਯੂਰੀਆ ਖਾਦ ਜਿੰਨੇ ਜ਼ਿੰਮੇਦਾਰ ਜਾਂਦੇ ਨੇ ਨਾ ਮਾਰਕੀਟਾਂ ਦੇ ਵਿੱਚ ਲੈਣ ਵਾਸਤੇ ਹਾਂ ਉਹ ਬੜਾ ਵੱਡਾ mafia ਉਹਨਾਂ ਨੇ ਅੰਦਰਾਂ ਦੇ ਘਰਾਂ ਦੇ ਵਿੱਚ ਜਾ ਕੇ ਗਾਇਬ ਕੀਤੀ ਹੈ ਹਾਂ 2250 ਰੁਪਇਆ ਗਵਰਨਮੈਂਟ ਦਾ ਰੇਟ ਹੈ ਹਾਂ ਉਹ 2900 3000 ਰੁਪਇਆ ਵੀ ਲੈ ਕੇ ਕਦੀ ਚਾਰ ਗੁੱਥੀਆਂ ਦੇਣਗੇ ਕਦੀ ਤਿੰਨ ਗੁੱਥੀਆਂ ਦੇਣਗੇ ਤੇ ਲੁੱਕ ਕੇ ਚੋਰਾ ਵਾਂਗੂ ਦੇਣਗੇ ਹਾਂ ਔਰ ਉਹਦੀ ਅੱਖ ਇਹ ਨਾ ਕਿ ਰਸੀਦ ਕੱਟ ਕੇ ਦਵੋ ਤੂੰਹਾਂ ਐਨੇ ਦੀ ਦਿੱਤੀ ਜੋ ਉਹ ਬਿਲਕੁਲ ਨਹੀਂ ਦਿੰਦਿਆ ਹਾਂ ਤੇ ਮੈਂ ਬਜ਼ਾਤੇ ਖੁਦ ਡਿਪਟੀ ਡਾਇਰੈਕਟਰ ਜ਼ਰਾਇਤ ਦਸਕਾ ਉਹਨੂੰ ਫੋਨ ਕੀਤਾ ਹਾਂ ਸਾਡਾ ਇੱਕ ਅਫਸਰ ਹੁੰਦਾ 17 ਦਾ ਜ਼ਰਾਇਤ ਵਾਲਿਆਂ ਦਾ ਮਰਕਜ਼ ਦਾ ਜੀ ਉਹਨੂੰ ਵੀ ਕੀਤਾ ਤੇ ਦੁਕਾਨਾ ਕੋ ਗਿਆ ਉਹਨਾਂ ਕਹਿੰਦੇ ਸਾਡੇ ਤੇ ਕੋਈ ਪਰਚਾ ਨਹੀਂ ਹੋ ਸਕਦਾ ਸੀ ਹਰ ਅਫਸਰ ਨੂੰ ਮੰਥਲੀ ਦਿੰਦੇ ਆ ਹਾਂ ਹਾਂ ਠੀਕ ਹੈ ਸਾਡੇ ਤੇ ਕੋਈ ਕੁਝ ਨਹੀਂ ਕਰ ਸਕਦਾ ਭਾਇਆ ਸੀ 4000 ਤੋਂ ਵੀ ਆਪਣਾ ਗੁੱਥੀ ਵੇਚੀ ਹੈ ਹਾਂ ਕੋਈ ਮਹਿਕਮਾ ਨਹੀਂ ਪਹੁੰਚ ਸਕਦਾ ਜਨਾਬ ਪ੍ਰਾਈਸ ਕੰਟਰੋਲ ਮੈਜਿਸਟ੍ਰੇਟ ਦੀ ਡਿਊਟੀਆਂ ਨੇ ਐਗਰੀਕਲਚਰਲ ਦੀਆਂ ਨੇ 20 ਬੰਦਿਆਂ ਦੀ ਗਵਰਨਮੈਂਟ ਡਿਊਟੀ ਲਈ ਹੈ ਲੇਕਿਨ ਸਾਰੇ ਆਪਣੇ ਦਫ਼ਤਰਾਂ 'ਚ ਬੈਠ ਕੇ ਮੰਥਲੀ ਲੈ ਕੇ ਚੋਪਰ ਨੇ ਕੋਈ ਬੰਦਾ ਵੀ ਕਿਸੇ ਨੂੰ ਪੁੱਛਣ ਵਾਸਤੇ ਤਿਆਰ ਨਹੀਂ ਹਾਂ ਨਹੀਂ ਇਹ ਤਾਂ ਚਲੋ محکمہ ਜ਼ਰਾਤ ਦੇ ਅਫਸਰਾਂ ਨੇ ਨਾ ਜਿਨ੍ਹਾਂ ਦਾ ਤੁਸੀਂ ਦੱਸਿਆ ਕਮ ਮੰਥਲੀਆਂ ਲੈ ਲੈਂਦੇ ਨੇ ਤੇ ਆਪਣੇ ਦਫ਼ਤਰਾਂ ਦੇ ਵਿੱਚ ਬੈ ਕੇ ਤੇ ਉਹਨਾਂ ਦੇ ਹਾਲਾਂ ਕਿ ਤੁਸੀਂ ਨੋਟਿਸ ਵਿੱਚ ਵੀ ਲੈਂਦਾ ਮੈਂ ਸਾਰਾ ਉਹਨਾਂ ਦੇ ਨੋਟਿਸ ਵਿੱਚ ਗੱਲ ਫੋਨ ਕੀਤੇ ਨੇ ਬਕਾਇਦਾ ਨਹੀਂ ਤੇ ਤੁਸੀਂ ਜ਼ਿਲ੍ਹਾ ਇੰਤਜ਼ਾਮੀਆਂ ਜਾਂ ਤਹਿਸੀਲ ਇੰਤਜ਼ਾਮੀਆਂ ਜਿਹੜੀ ਏਸੀ ਸਾਹਿਬ ਦਸਕਾ ਜਾਂ ਤਹਿਸੀਲਦਾਰ ਉਹ ਜਿਹੜੇ ਇੰਤਜ਼ਾਮੀਆਂ ਦੇ ਵਿੱਚ ਹੁੰਦੇ ਨੇ ਉਹਨਾਂ ਅਫਸਰਾਂ ਨੂੰ ਕਿਉਂ ਨਹੀਂ ਦੱਸਦੇ ਸਰ ਦੱਸਣਿਆ ਕੋਈ ਵੀ ਨਹੀਂ ਸੁਣਦਾ ਮੰਥਲੀ ਸਾਰੇ ਬੜਾ ਬੜਾ ਵੱਡਾ ਮਾਫੀਆ ਗਵਰਨਮੈਂਟ ਨਾਲ ਜੀ ਤਗੜਾ ਹਰ ਰੋਜ਼ ਟਰੱਕ ਹੁੰਦੇ ਨੇ ਬਕਾਇਦਾ ਜੰਸੀਆਂ ਸਕੋਟੀਆਂ ਸਾਰੀ ਰਿਪੋਰਟ ਦਿੰਦੀਆਂ ਨੇ ਲੇਕਿਨ ਅਮਲ ਨਹੀਂ ਹੋ ਰਿਹਾ ਜ਼ਿੰਮੇਵਾਰ ਜ਼ਲੀਲ ਹੋ ਰਿਹਾ ਔਰੇ ਵੇਖੋ ਅਰਬਾਂ ਰੁਪਈਆ 9000 9500 ਜਿ ਕਣਕ ਬਾਹਰ ਦੇ ਮਲਕੋਂ ਆ ਕੇ ਪਾਕਿਸਤਾਨ ਜੇ ਪੈਂਦੀ ਹੈ ਹਾਂ ਤੇ ਉਹ برداشت ਗਵਰਨਮੈਂਟ ਕਰਦੀ ਹੈ ਸਾਨੂੰ ਖਾਦ ਇਨ ਟਾਈਮ ਅਵੇਲੇਬਲ ਨਹੀਂ ਹੈ ਕਿ ਅਸੀਂ ਉਹ ਪਾ ਕੇ ਆਪਣੀ ਫਸਲ ਨੂੰ ਬਿਹਤਰ ਕਰ ਸਕੀਏ ਸਾਡੇ 250 ਨਾਲ ਦੇਣ 24 250 ਦੇ ਦੇਸ਼ ਨਾਲ ਲੇਕਿਨ ਸਰੇ ਆਮ ਦੇਣ ਜਿਹਨੂੰ ਤਰੀਕ ਉਥੀਆਂ ਚਾਹੀਦੀ ਹੈ ਤਰੀ ਦੇ ਦੇਣ ਉਹ ਅਠਾਂ ਦਿਨਾਂ ਦੇ ਵਿਚਾਰਾ ਤਰੀਕ ਉੱਠੀਆਂ ਲਿਆਏਗਾ ਜਾ ਕੇ ਹਾਂ ਇਹਨਾਂ ਦਾ ਅੱਖ ਨਾ ਹੈ ਪਿਆਰੇ ਹੋ ਕਿ ਇੱਕ ਤੇ ਬਰ ਵਕਤ ਜੇ ਨਾ ਮਿਲੀ ਖਾਦ ਤਾਂ ਫਸਲ ਤੇ ਖਰਾਬ ਹੋ ਗਈ ਆਪਣੇ ਪਾਕਿਸਤਾਨ ਦੇ ਵਿੱਚ ਸਾਡਾ ਜਿਹੜਾ ਪਾਕਿਸਤਾਨ ਜ਼ਰਾਈ ਮੁਲਕ ਹੈ ਇੱਥੇ ਜ਼ਰਾਤ ਨੂੰ ਪ੍ਰਮੋਟ ਨਹੀਂ ਸਾਡੀ ਗਵਰਨਮੈਂਟ ਕਰਦੀ ਐਸੀਆਂ ਕਿਸਾਨ ਦੁਸ਼ਮਣ ਪਾਲਿਸੀਆਂ ਨੇ ਕਿ ਆਪਣੇ ਮੁਲਕ ਦੀ ਕਨਕ ਉਗਾ ਕੇ ਤੇ ਸਸਤੀ ਕਨਕ ਆਵਾਮ ਨੂੰ ਨਹੀਂ ਦੇਣੀ ਤੇ ਬਾਰੋਂ 9.5 10000 ਰੁਪਏ ਤੋਂ ਮੰਨ ਕਰਾਂਗ ਮੰਗਵਾਨੀ ਐ ਤੇ ਫੇਰ ਉਹਦੇ ਤੇ ਸਬਸਿਡੀ ਦੇ ਕੇ ਤੇ ਆਵਾਮ ਨੂੰ ਦੇਣੀ ਐ ਨਾਲੇ ਖਜ਼ਾਨਾ ਵੀ ਖਾਲੀ ਹੋਵੇ ਖਜ਼ਾਨਾ ਵੀ ਉਜੜੇ ਤੇ ਇਸ ਦੇ ਨਾਲ-ਨਾਲ ਲੋਕ ਵੀ ਮਹਿੰਗਾ ਆਟਾ ਤੇ ਮਹਿੰਗੀ ਕਣਕ ਖਾਣ ਉਹ ਤੂੰ ਜਾ ਕੇ ਡੇਰੇ ਤੇ ਵੇਖ ਲੋ ਖਾਦ ਮੈਂ ਲੈਂਦੀ ਐ 3200 ਤੋਂ ਅੱਛਾ ਹਾਂਜੀ 3200 ਰੁਪਏ ਜਾਂਦੀ ਐ ਜਿਹੜਾ ਰੇਟ ਐ ਮਸਲੋਂ 250 ਤੋਂ 250 ਯਾਨੀ ਫੀ ਬੋਰੀਆ ਜੀ ਸਾਹਿਬ ਪਾ ਦੱਸਦੇ ਨੇ ਕਿ 1000 ਰੁਪਇਆ ਜ਼ਾਇਦ ਦਿੱਤਾ ਹੈ ਬਲੈਕ ਚ ਲੈ ਆਂਦੀ ਹੈ ਬਲੈਕ ਚ ਲੈ ਆਂਦੀ ਹੈ ਤੇ ਉਹ ਵੀ ਮਸਲ 4 ਦਿਨ ਇਹਨਾਂ ਦੇ ਮਗਰ ਫਿਰਦਾ ਰਿਆ ਹਾਂ ਫਿਰ ਇਹਨਾਂ ਇੱਕ ਦੁਕਾਨ ਤੋਂ ਚੁਕਾਈ ਇੱਕ ਬੰਦੇ ਨੇ ਹਾਂ ਤੇ ਜੇ ਗਵਰਨਮੈਂਟ ਵੇਖੋ ਜੀ ਐਲਾਨ ਤੇ ਕਰ ਛੱਡਦੀ ਤੇ ਅਮਲਦਰਾਮਦ ਨਹੀਂ ਕਰਾ ਸਕਦੀ ਜਰਾਨ ਕਰਨ ਦੀ ਲੋੜ ਕੀ ਹੈ ਹਾਂ ਕੀ ਕਹਿੰਦੇ ਨੇ ਬਿਲਕੁਲ ਸਹੀ ਮੈਂ ਨਾ ਵੀ ਉਹ ਚੋਰੀ ਵੀ ਕੋ ਨਹੀਂ ਹੁੰਦਾ ਜਿਹਦੇ ਡੇਰੇ ਤੇ ਫੈਸਲਾ ਹੋਏ ਤੋ ਫੈਸਲਾ ਤੋੜਨਾ ਚੜੇ ਹਾਂ ਉਹ ਕੋ ਬੰਦਾ ਤਾਂ ਨਹੀਂ ਨਾ ਉਹ ਤਾਂ ਚੋਰੀ ਜੜਾ ਹਾਂ ਤੇ ਇਹ ਹੁਣ ਮਸਲ ਵੇਖੋ ਇਹਨਾਂ ਐਲਾਨ ਕਰ ਦਿੰਦੇ ਨੇ ਅਮਲਦਰਾਮਦ ਹੁੰਦਾ ਨਹੀਂ ਵਾਹ ਵਾਹ ਤੇ ਇਹਨਾਂ ਨੂੰ ਚਾਹੀਦਾ ਅਮਲਦਰਾਮਦ ਵੀ ਕਰਾਣਾ ਤਾਂ ਹੀ ਤੇ ਮੁਸਲਮਾਨਾਂ ਦੀ ਵੈਲੀਓ ਨਹੀਂ ਰਹੀ ਹਾਂ ਇਹ ਗੱਲ ਤੇ ਪੂਰੇ ਨਹੀਂ ਉਤਰਦੇ ਵਾਹ ਇਹ ਜੋ ਗੱਲ ਤੇ ਪੂਰੇ ਉਤਰਨਾ ਜ਼ਿਮੀਂਦਾਰ ਵੀ ਖੁਸ਼ ਹੋਣ ਇਹਨਾਂ ਨੂੰ ਦਵਾਵਾਂ ਦੇਣ ਵੀ ਇਹਦੋਂ ਜੀ ਪ੍ਰਵੇਜ਼ ਲਈ ਦੀ ਹਕੂਮਤ ਹੋਣੀ ਚਾਹੀਦੀ ਇਹਨੇ ਬੜੀਆਂ ਸਹੂਲਤਾਂ ਸਾਨੂੰ ਦਿੱਤੀਆਂ ਹਾਂ ਕੀ ਕਹਿੰਦੇ ਨੇ ਹਾਂ ਜੀ ਹਾਂ ਜੀ ਤੇ ਮਸਲਾਨ ਝੂਠੇ ਨੇ ਝੂਠੇ ਐਲਾਨ ਕਰਦੇ ਨੇ ਜੀ ਇਹ ਫਲਾਂ ਹੋ ਜਾਏਗਾ ਢੀਂਗ ਹੋ ਜਾਏਗਾ ਉਹ ਟਰੈਕਟਰ ਸਸਤੇ ਹੋ ਜਾਣਗੇ ਟਰੈਕਟਰ ਹੁਣ ਵੇਹਲੋ ਵੀ 23 24 ਲੱਖ ਦਾ ਕਿਤੇ 13 14 ਲੱਖ ਦਾ ਹੁੰਦਾ ਹੈ ਤੇ ਇਹ ਜ਼ਿਮੀਂਦਾਰ ਹੁਣ ਟਰੈਕਟਰ ਲੈ ਹੀ ਨਹੀਂ ਸਕਦਾ ਬਿਲਕੁਲ ਸਹੀ ਤੇ ਕਿਰਾਏ ਤੇ ਜਿਹੜੀ ਬੰਦੇ ਪੈਲੀਆਂ ਵਹਾਂਦੇ ਨੇ ਉਹ ਇਸ ਹਿਸਾਬ ਨਾਲੋ ਵੀ 3000 ਰੁਪਇਆ ਲੈਂਦੇ ਨੇ ਦੌਰ ਦਾ ਹਾਂ ਤੇ ਇੱਕ ਕਿਲੇ ਦੇ 10000 ਰੁਪਇਆ ਦੇ ਵਾਜ ਦਾ ਖਰਚਾ ਪਿਆ ਹੁੰਦਾ ਹਾਂ ਹਾਂ ਇੱਕ ਕਮ ਸੋ ਕਮ ਇੱਕ ਕਿਲੇ ਦੇ ਖਰਚਾ ਜਿਹੜਾ ਨਾ 50000 ਜ਼ਿੰਮੇਦਾਰਾਂ ਦਾ ਹੋਣ ਲਿਆ ਹਾਂ ਤੇ ਸਹੂਲਤਾਂ ਵੇਖੋ ਜੀ ਇਹ ਐਲਾਨ ਹੀ ਹੁਣ ਕਰਕੇ ਝੂਠੇ ਤੇ ਅਮਲਦਾਰਾਂ ਮੈਂ ਤੇ ਨਾ ਕਰਵਾਣਾ ਤੇ ਇਹ ਕੋਈ ਗੱਲ ਤੇ ਕੋਈ ਨਹੀਂ ਨਾ ਸਿਰਫ ਦਲਾਸੇ ਹੀ ਦਿੰਦੇ ਨੇ ਜ਼ਿੰਮੇਦਾਰਾਂ ਨੂੰ ਹਾਂ ਉਹ ਬਈ ਤਗੜੇ ਹੋਏ ਅੱਗੋਂ ਹੀ ਲੱਗੇ ਜੇ ਕੁਝ ਕਰਨ ਕੀ ਕਹਿੰਦੇ ਨੇ ਹਾਂ ਹਾਂ ਜੇ ਲੋ ਅੱਲਾਹ ਪਾਕ ਦਾਰ ਦੇ ਜੀ ਹੁਣ ਕਲਬ ਕਲਬ ਕੀ ਦਿਨੀ ਖੱਪ ਜਾਣਾ ਇਹਨਾਂ ਲੋਕਾਂ ਨੂੰ ਅੱਲਾ ਹੀ ਦਾਰ ਦੇਗਾ ਕੀ ਕਹਿੰਦੇ ਨੇ ਆਹ ਸਾਹਿਬੋ ਹਾਜੀ ਸਾਨੁਲਾਹ ਸਾਹਿਬ ਦੀਆਂ ਗੱਲਾਂ ਬਾਤਾਂ ਵੀ ਤੁਹਾਂ ਸੁਣੀਆਂ ਉਹਨਾਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਉਹਨਾਂ ਸਾਡੇ ਦੇਸ਼ ਪੰਜਾਬ ਦੀ ਇੱਕ ਜੱਟ ਕੀ ਜਈ ਮਿਸਾਲ ਦਿੱਤੀ ਏ ਭਈ ਉਹ ਚੌਧਰੀ ਵੀ ਕਾਹਦਾ ਚੌਧਰੀ ਹੈ ਜਿਹਦੇ ਡੇਰੇ ਦੇ ਉੱਤੇ ਕੋਈ ਫੈਸਲਾ ਕੀਤਾ ਜਾਏ ਤੇ ਉਹ ਫੈਸਲਾ ਫਿਰ ਤੋੜ ਨਾ ਚੜੇ ਤੇ ਸਾਡੇ ਡੀਸੀ ਸਾਡੇ ਜਿਹੜੇ ਕਮਿਸ਼ਨਰ ਤੇ ਸਾਡੇ ਜਿਹੜੇ ਏਸੀ ਸਹਬਾਨ ਨੇ ਤੇ ਸਾਡੇ ਵਜ਼ੀਰ ਇਲਾਹਾ ਸਹਬਾਨ ਚਲੋ ਵਜ਼ੀਰ ਇਲਾਹਾ ਤੇ ਸਿਆਸੀ ਲੋਕ ਹੁੰਦੇ ਨੇ ਉਹਨਾਂ ਤੇ ਆਵਾਮ ਨਾਲ ਵੀ ਸਿਆਸਤ ਹੀ ਕਰਨੀ ਹੁੰਦੀ ਏ ਉਹਨਾਂ ਆਪਸ ਵਿੱਚ ਵੀ ਸਿਆਸਤ ਕਰਨੀ ਹੁੰਦੀ ਏ ਤੇ ਆਵਾਮ ਨਾਲ ਵੀ ਟਰਪੱਲਾ ਹੀ ਮਾਰਨੀ ਆ ਤੇ ਝੂਠੋ ਝੂਠ ਹੀ ਵੇਚਣਾ ਹੁੰਦਾ ਖਾਬ ਵਹਾ ਵਹਾ ਕੇ ਤੇ ਉਹ ਜਿੱਤਦੇ ਨੇ ਸਾਨੂੰ ਲੋਕਾਂ ਨੂੰ ਸੁਨਹਿਰੇ ਸੁਫਨੇ ਵਹਾਂਦੇ ਨੇ ਕਿ ਐਨੇ ਕਰੋੜ ਨੌਕਰੀਆਂ ਤੇ ਐਨੇ ਲੱਖ ਮਕਾਨ ਦੇ ਦੇਵਾਂਗੇ ਤੇ ਮਗਰੋਂ ਜਿਹੜਾ ਮਕਾਨ ਸਾਡਾ ਹੁੰਦਾ ਜਿਦੇ ਚ ਅਸੀਂ ਰਹਿਨੇ ਹੁੰਨੇ ਆ ਸਾਨੂੰ ਉਹ ਵੀ ਵੇਚਣਾ ਪੈ ਜਾਂਦਾ ਉਹਨਾਂ ਤੇ ਮਾਰ ਨਹੀਂ ਝੂਠ ਹੈ ਲੇਕਿਨ ਜਿਹੜੇ ਸਾਡੇ ਜਿਹੜੇ ਅਫਸਰਾਨ ਨੇ ਜਿਹੜੇ ਸਰਕਾਰੀ ਅਫਸਰ ਨੇ ਸਾਡੇ ਡੀਸੀ ਸਾਹਿਬ ਸਿਆਲਕੋਟ ਨੇ ਕਮਿਸ਼ਨਰ ਸਾਹਿਬ ਗੁਜਰਾਵਾਲਾ ਡਿਵੀਜ਼ਨ ਨੇ ਏਸੀ ਸਾਹਿਬ ਡਸਕਾ ਨੇ ਤਹਿਸੀਲਦਾਰ ਸਾਹਿਬ ਡਸਕਾ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਜਾਂ ਤੇ ਸਰਕਾਰੀ ਨਰਖਨਾਮੇ ਦੁਕਾਨਾਂ ਦੇ ਉੱਤੇ ਅਵੇਜ਼ਾ ਹੀ ਨਾ ਕਰਨ ਸਬਜ਼ੀ ਵਾਲੇ ਨੇ ਰੇਟ ਲਿਖਿਆ ਹੁੰਦਾ ਕਾ ਗੋਂਗਲੂ ਯਾ ਸ਼ਲਜਮ ਜਿੰਨੂੰ ਅਸੀਂ ਉਰਦੂ ਚਾਹਨੇ ਆ ਕਾ ਸ਼ਲਗਮ ਜਨਾਬ 20 ਰੁਪਏ ਕਿਲੋ ਦੇਂਦਾ ਉਹ ਲੋਕਾਂ ਨੂੰ 40 ਰੁਪਏ ਕਿਲੋ ਇਸੇ ਤਰ੍ਹਾਂ ਗਵਰਨਮੈਂਟ ਨੇ ਰੇਟ ਸਰਕਾਰੀ ਖਾਦ ਦਾ ਮੁਕਰਰ ਕੀਤਾ ਹੈ 2200 ਰੁਪਇਆ ਤੇ 3200 ਰੁਪਏ ਦੇ ਹਿਸਾਬ ਨਾਲ ਹਾਜੀ ਸਾਹਿਬ ਪੈਂਦੇ ਨੇ ਮੈਂ ਖਾਦ ਅੱਜ ਲੈ ਕੇ ਆਇਆ ਚੋਂ ਪੰਜਾਂ ਦਿਨਾਂ ਬਾਅਦ ਫੇਰੇ ਲਾ ਲਗੇ ਤੇ ਅੱਜ ਮੈਨੂੰ ਪੰਜ ਕੇ 6 ਬੋਰੀਆਂ ਦਿੱਤੀਆਂ ਨੇ ਹਾਲਾ ਚਾਹੀਦੀਆਂ ਇਹਨਾਂ ਨੂੰ ਵੀ ਬੋਰੀਆਂ ਨੇ ਦੱਸ ਦੇ ਹਨ ਬਹਿ ਕੇ 20 50 ਬੋਰੀਆਂ ਦਾ ਮੇਰਾ ਕੰਮ ਹੈ ਤੇ ਮੈਨੂੰ ਚਲੋ 20 ਮਿਲ ਜਾਂਦੀਆਂ ਲੇਕਿਨ ਮੈਨੂੰ 4 ਬੋਰੀਆਂ ਮਿਲੀਆਂ ਨੇ ਤੇ 3200 ਤੋਂ ਇੱਕ ਬੋਰੀ ਮਿਲੀ ਹੈ ਤੁਸੀਂ ਦੇਖੋ ਕਿ ਕਿੱਡੀ ਸ਼ਰਮਿੰਦਗੀ ਹੈ ਹੁਕਮਰਾਨਾਂ ਦੇ ਵਾਸਤੇ ਕਿ ਗਵਰਨਮੈਂਟ ਨੇ ਇੱਕ ਰੇਟ ਮੁਕਰਰ ਕੀਤਾ ਹੈ ਔਰ ਉਹਦੀ ਵਾਇਓਲੇਸ਼ਨ ਹੋ ਰਹੀ ਹੈ ਹਰ ਜਗ੍ਹਾ ਤੇ ਗਵਰਨਮੈਂਟ ਦੇ ਰੇਟ ਦੀ ਸਰਕਾਰੀ ਨਿਰਖਦੀ ਖਿਲਾਫ ਵਰਜ਼ੀ ਹੋ ਰਹੀ ਹੈ ਔਰ ਅਫਸਰਾਂ ਨੇ ਬਾਲਾ ਜਿਹੜੇ ਨੇ ਸੁੱਤੇ ਨੇ ਸਕੂਨ ਨਾਲ ਕੋਈ ਕਿਸੇ ਨੂੰ ਪੁੱਛਦਾ ਨਹੀਂ ਕੋਈ ਕਿਸੇ ਗਰੀਬ ਦੇ ਕਿਸੇ ਦੀ ਪਰੇਸ਼ਾਨੀ ਦਾ ਕਿਸੇ ਦੇ ਮਸਲੇ ਦਾ ਕੋਈ ਹੱਲ ਨਹੀਂ ਕਰਦਾ ਕੋਈ ਮਦਦਵਾ ਨਹੀਂ ਕਰਦਾ ਲੋ ਜੀ ਸਾਹਿਬੋ ਸਾਡੇ ਨਾਲ ਇਸ ਇਲਾਕੇ ਦੇ ਪਿੰਡ ਨਾਲ ਗੁਰੂ ਚੱਕ ਜਿਹੜਾ ਹੈ ਉੱਥੋਂ ਦੇ ਬੜੇ ਵੱਡੇ ਇੱਕ ਜ਼ਿੰਮੇਦਾਰ ਜਿਨ੍ਹਾਂ ਦਾ ਵੱਡਾ ਕਾਸ਼ਤਕਾਰੀ ਦਾ ਕੰਮ ਹੈ ਹਾਜੀ ਮੁਹੰਮਦ ਰਮਜ਼ਾਨ ਸਾਹਿਬ ਸਾਡੇ ਨਾਲ ਮੌਜੂਦ ਨੇ ਆਓ ਇਹਨਾਂ ਤੋਂ ਵੀ ਪੁੱਛੀਏ ਕਿ ਜ਼ਿੰਮੇਦਾਰਾਂ ਦੇ ਕੀ ਕੀ ਮਸਲੇ ਨੇ ਜੀ ਹਾਜੀ ਸਾਹਿਬ ਦੱਸੋ ਤੁਸੀਂ ਸਭ ਤੋਂ ਇਹ ਮਸਲਾ ਤੇ ਜੀ ਵਿਕਤੀ ਤੌਰ ਤੇ ਤੇ ਇਹ ਯੂਰੀਆ ਆ। ਅੱਛਾ ਖਾਦ ਨਹੀਂ ਜਿਹੜੀ ਮਿਲਦੀ। ਖਾਦ ਨਹੀਂ ਮਿਲਦੀ ਨਾ ਕੋਈ ਹਾਲ ਨਹੀਂ ਖੱਜਲ ਤੇ ਖਰਾਬ ਹੋ ਰਹਾ ਹੈ। ਜੀ ਜੀ। ਬਾਕੀ ਜਿਹੜੀ ਖਾਦ ਮਿਲਦੀ ਹੈ ਸਹੀ ਉਹਦੇ ਤੇ ਮੋਤਮਨ ਨਹੀਂ ਆਇਆ ਕਿ ਅਸਲ ਹੈ ਜਾਂ ਕਿ ਨਕਲ ਹੈ। ਅੱਛਾ ਇਹ ਤੁਹਾਡਾ ਗੱਲ ਇਹ ਮੇਰੇ ਆ ਮਟਰ ਲੱਗੇ ਪਾਪਾ ਦਵਾਈਆਂ ਯੱਪ ਚੱਲੇ ਸੁੰਡੀ ਨਹੀਂ ਬਿਮਾਰ ਹੋਈ। ਅੱਛਾ ਆ ਤੁਹਾਡੇ ਸਾਹਮਣੇ ਮਿਲ ਰਹੇ ਨੇ ਦਵਾਈਆਂ ਦੇ ਦੋ ਨੰਬਰ। ਹਾਂ ਜੇ ਕਣਕ ਦਾ ਬੀਜ ਲਿਆ ਤੇ ਉਹ ਵੀ ਓਵਰ ਰੇਟ ਤੇ ਲਿਆ। ਹਾਂ ਕੋਈ ਹਾਲ ਨਹੀਂ ਗੋਲਮੇ ਦਾ ਕੋਈ ਝਾਨ ਨਹੀਂ ਨਾ ਵਜੇਗਾ ਅੱਲਾ ਦਾ ਨਾਮ ਕਿਸੇ ਹੋਰ ਦਾ ਸਾਰੇ ਆਪਣੇ ਆਪਣੇ ਗੁੱਲੇ ਲਾਉਣ ਵਾਲੇ ਨੇ ਸਾਨੂੰ ਗੱਲਾਂ ਪੁੱਛਦਾ ਜਿੱਥੇ ਹਾਂ ਗੱਲ ਤੇ ਆ ਸਾਲ ਅਕਸਰ ਦੋ ਨੰਬਰ ਖਤਮ ਹੋਵੇ ਤੇ ਗੱਲ ਕਿਸੇ ਪਾਸੇ ਮੰਨ ਲ ਗਏ ਕੋਈ ਇੱਕ ਨੰਬਰ ਦੇ ਸ਼ਾਇਦ ਨਾ ਕਿਸੇ ਨੂੰ ਹਾਂ ਬਾਕੀ ਜਿਹੜੇ ਸਬਸਿਡੀ ਵਾਲੀ ਗੱਲ ਕਰਦੇ ਇਹ ਵੀ ਸੁਣਿਆ ਅੱਜ ਹੀ ਸੋਲਰ ਆ ਗਿਆ ਫੁਲਾਨੀ ਜਾਂ ਮਿਲੇਗੀ ਟਿੰਗੜੀ ਜਾਂ ਮਿਲੇਗੀ ਕੋਈ ਸ਼ਾਇਦ ਨਾ ਮਿਲੇ ਤੇ ਨਾ ਮਲਾਈ ਅੱਜ ਆమే ਪਹਿਲੇ ਮਾਂ ਮੰਦਪ ਤੋਂ ਅੰਗਿਆ ਬੁਲਾਈ ਹਾਂ ਦੇਖੋ ਕੀ ਹੋਣ ਲੱਗਾ ਇਹ ਸਾਨੂੰ ਕੋਈ ਲੱਭ ਜਾਣਾ ਉਹ ਵੀ ਕੋਈ ਕਹਾਣੀ ਕਿਸਾਨ ਨੇ ਹੂੰ ਉਤੋਂ ਲੈ ਕੇ ਤੋਰ ਤੱਕ ਝੂਠ ਹੀ ਰਹੀ ਹੈ ਜੀ ਹੂੰ ਅੱਲਾ ਹੀ ਆਇਆ ਸਾ ਜੋ ਝੂਲ ਨੂੰ ਕਿਲੇ ਲੈ ਜਾ ਸੱਚੇ ਦਾ ਸਾਡੇ ਆ ਜਾ ਹੁਣ ਇਹਨਾਂ ਦੀ ਸੁਣੀ ਜਾ ਇਧਰ ਲਈ ਮੁਲਕ ਦੇ ਹੋਂਦ ਦੇ ਨਾਲ ਤੇ ਇਹਨਾਂ ਕੋਈ ਤਾਵਨ ਤੇ ਹੈ ਨਹੀਂ ਨਾ ਕਿਸਾਨ ਨਾ ਕੋਈ ਕਿਸੇ ਕਿਸਮ ਦਾ ਕੋਈ ਤਾਵਨ ਨਹੀਂ ਸਿਰਫ ਇਹਨੂੰ ਮਾਰਨ ਵਾਲੇ ਸਾਰੇ ਇਕੱਠੇ ਹੋਏ ਨੇ ਹਾਂ ਨਾ ਕੋਈ ਮਹਿਕਮਤ ਦਾ ਹੈ ਤਾਵਨ ਕਰਨ ਦਾ ਜਾਂ ਕਿਸੇ ਹੋਰ ਕੋਲ ਟੋਲ ਜੀ ਕੋਈ ਨਹੀਂ ਪਈਦਾ ਉਹ ਜਗੋਂ ਮੈਂ ਮੈਂ ਲੱਕ ਦੀ ਵਾਲਾ ਜੱਟ ਜਦ ਜਾਗ ਦਫ਼ਤਰ ਵੱਲਦਾ ਭੂਤ ਦੇ ਨੇ ਪੈਸੇ ਚੰਗੇ ਦੇਗਾ ਹੂੰ ਇੰਜ ਗੱਲ ਮੈਂ ਆਪੇ ਕਈ ਵਾਲੀ ਹਾਸ ਕਹਿੰਦਾ ਮੈਂ ਤਾਂ ਲੱਗਦੀ ਪਾਂਦਾ ਬੰਦਾ ਤੰਬੀ ਇਸ ਵਾਸਤੇ ਪਾਈਏ ਮੈਂ ਕੋਈ ਤੰਬੀ ਦਾ ਹਾਸ ਕਰ ਲੈਣਾ ਹਾਂ ਜੱਟ ਨੂੰ ਵੇਖ ਪੁੱਜ ਜਾਂਦੇ ਨੇ ਜੋ ਮਰਜ਼ੀ ਦੇ ਨਾਲ ਛੁੜੀ ਫੇਰੋਗਾ ਡਿੰਗੀ ਤੇ ਸਿੱਧੀ ਕੋਈ ਮੈਂ ਪੁੱਛਦਾ ਨਹੀਂ ਕੋਈ ਗਈਦਾ ਨਹੀਂ ਆ ਤੇ ਹਾਲੇ ਪਿਆਰੇ ਵੇਖਣ ਵਾਲਿਓ ਤੁਸੀਂ ਹਾਜੀ ਰਮਜ਼ਾਨ ਸਾਹਿਬ ਦੀਆਂ ਗੱਲਾਂ ਸੁਣੀਆਂ ਵੇਖੋ ਕਿੱਡਾ ਵੱਡਾ ਜ਼ੁਲਮ ਹੈ ਕਿ ਇੰਡੀਆ ਕਿੱਡਾ ਵੱਡਾ ਮੁਲਕ ਹੈ ਸਾਡੇ ਮੁਲਕ ਨਾਲੋਂ ਕੋਈ 10 11 ਗੁਣਾ ਵੱਡਾ ਮੁਲਕ ਹੈ ਤੇ ਉਹਨਾਂ ਦਾ ਪੰਜਾਬ ਇੰਡੀਅਨ ਪੰਜਾਬ ਜਿਹੜਾ ਹੈ ਜਿਹਨੂੰ ਅਸੀਂ ਚੜ੍ਹਦਾ ਪੰਜਾਬ ਆਖਨੇ ਆ ਉਹ ਸਾਡੇ ਪੰਜਾਬ ਨਾਲੋਂ ਛੋਟਾ ਪੰਜਾਬ ਹੈ ਲੇਕਿਨ ਉੱਥੇ ਕਾਸ਼ਤਕਾਰਾਂ ਨੂੰ ਇੰਨੀਆਂ ਸਹੂਲਤਾਂ ਮਿਆਸਰ ਨੇ ਕਿ ਉੱਥੇ ਇੰਨੀ ਵਾਫਰ ਫਸਲ ਹੁੰਦੀ ਹੈ ਪਈ ਸਾਰਾ ਇੰਡੀਆ ਖਾਂਦਾ ਹੈ ਬਲਕੇ ਜਦੋਂ ਸਾਡੇ ਮੁਲਕ 'ਚ ਗੰਡੇ ਮੁੱਕ ਜਾਂਦੇ ਨੇ ਪਿਆਜ਼ ਖਤਮ ਹੋ ਜਾਂਦਾ ਹੈ ਕਈ ਚੀਜ਼ਾਂ ਟਮਾਟਰ ਮੁੱਕ ਜਾਂਦੀਆਂ ਨੇ ਅਸੀਂ ਮਗਾਨੇ ਆ ਇੰਡੀਆ ਤੋਂ ਈਰਾਨ ਤੋਂ ਜਿਹੜੇ ਸਾਡੇ ਤੋਂ ਛੋਟੇ ਮੁਲਕ ਨੇ ਸਾਡੇ ਮੁਲਕ ਦਾ ਨਾਂ ਹੀ ਜ਼ਰਾ ਹੀ ਮੁਲਕ ਹੈ ਇਸਲਾਮੀ ਮੁਲਕ ਹੈ ਲੇਕਿਨ ਅਜੀ ਸਾਹਿਬ ਹੋਰਾਂ ਜਿਵੇਂ ਆਖਿਆ ਕਿ ਇੱਥੇ ਝੂਠੋ ਹੀ ਝੂਠ ਹੈ ਉਹਨਾਂ ਦੱਸਿਆ ਕਿ ਗੰਦਮ ਦਾ ਬੀਜ ਲਿਆ ਤੇ ਉਹ ਵੀ ਓਵਰ ਰੇਟ ਤੇ ਯਾਨੀ ਉਹ ਵੀ ਬਲੈਕ ਇਚ ਮਿਲਿਆ ਉਸ ਤੋਂ ਬਾਅਦ ਉਹ ਆਂਦ ਨੇ ਮੇਰੀ ਮਟਰਾਂ ਦੀ ਫਸਲ ਲੱਗੀ ਹੈ ਮੈਂ 20 ਏਰੀਏ ਤੇ ਪੈਸਟੀਸਾਈਡਜ਼ ਜ਼ਰੀਦ ਵਿਆਦ ਦਾ ਸਪਰੇਅ ਕਰ ਚੁੱਕਿਆ ਲੇਕਿਕਨ ਉਹ ਆਂਦ ਨੇ ਕੀੜਾ ਹੀ ਨਹੀਂ ਮਰਨ ਦੇ ਯਾਨੀ ਅਗਰ ਉਹ ਜ਼ਹਿਰ ਜਿਹੜਾ ਇਹ ਲਿਆ ਕੇ ਛਿੜਕਦੇ ਨੇ ਫਸਲਾਂ ਤੇ ਜੇ ਪਿਆਰਿਓ ਉਹ ਜ਼ਹਿਰ ਸਹੀ ਹੋਵੇ ਤੇ ਕਿਉਂ ਨਾ ਕੀੜੇ ਮਰਨ ਵੇਖੋ ਜ਼ੁਲਮ ਹੈ ਵੇ ਕਿ ਇਸ ਪਾਕਿਸਤਾਨ ਵਿੱਚ ਜ਼ਹਿਰ ਵੀ ਖਾਲਸ ਨਹੀਂ ਮਿਲਦਾ ਜੇ ਕਿਸੇ ਜ਼ਹਿਰ ਵੀ ਖਾਣਾ ਹੋਵੇ ਤੇ ਉਹ ਵੀ ਖਾ ਕੇ ਬਚ ਜਾਂਦਾ ਉਹ ਮਰਦਾ ਹੀ ਨਹੀਂ ਐਸਾ ਜ਼ਹਿਰ ਇੱਥੇ ਮਿਲਦਾ ਔਰ ਖਾਦ ਮਹਿੰਗੀ ਔਰ ਸਭ ਤੋਂ ਵੱਡਾ ਜ਼ੁਲਮ ਕਾਸ਼ਤਕਾਰਾਂ ਜਿਹੜਾ ਦੱਸਿਆ ਉਹ ਇਹ ਵੇ ਕਿ ਮਹਿੰਗਾਈ ਦੇ ਬਾਵਜੂਦ ਨਾ ਖਾਦ ਦਾ ਪਤਾ ਹੈ ਕਿ ਉਹ ਖਾਲਸ ਹੈ ਉਹ ਵੀ ਮਿਲਾਵਟ ਸ਼ੁਦਾ ਬੀਜ ਮਲਾਵਟ ਛੁਦਾ ਜ਼ਰੀ ਐਦਵਿਆਤ ਮਲਾਵਟ ਛੁਦਾ ਜ਼ਰੀ ਐਦਵਿਆਤ ਦੇ ਵਿੱਚ ਮਿੱਟੀ ਦਾ ਤੇਲ ਪਾ ਪਾ ਕੇ ਤੇ ਬੋਤਲਾਂ ਭਰ ਭਰ ਵੇਚੀ ਆ ਰਹੇ ਨੇ ਤਾਂ ਕਿ ਸਾਨੂੰ ਪੈਸੇ ਲੱਭ ਜਾਣ ਕਿਸਾਨ ਦੀ ਫਸਲ ਉੱਗੇ ਜਾਂ ਨਾ ਹੋਗੇ ਉਹ ਜਾਏ ਬਾੜ ਵਿੱਚ ਇਹਨਾਂ ਨੂੰ ਕੋਈ ਪਾਰ ਨਹੀਂ ਸਿਰਫ ਸਿਰਫ ਹਰ ਬੰਦਾ ਇਸ ਪਿਆਰੇ ਪਾਕਿਸਤਾਨ 'ਚ ਆਪਣੇ ਢਿੱਡਾਂ ਲੇਖਦਾ ਆਓ ਕੁਝ ਹੋਰ ਦੋਸਤਾਂ ਨਾਲ ਗੱਲਬਾਤ ਕਰੀਏ ਡਾਕਟਰ ਸਾਹਿਬ ਤੁਸੀਂ ਆਇਓ ਕਿਸਾਨ ਦੇ ਹਵਾਲੇ ਨਾਲ ਤੇ ਕਿਸਾਨ ਦੇ ਜਣਾ ਮਨਾਣਾ ਨਾ ਤੇ ਕਿਸਾਨ ਦਾ ਕਫਨ ਦੇ ਮਨਾਣਾ ਚਾਹੀਦਾ ਕਿਸਾਨ ਦੇ ਨਹੀਂ ਮਨਾਣਾ ਚਾਹੀਦਾ ਕਿਉਂਕਿ ਨਾਇਆ ਸਮੂਲਕ ਚ ਖਾ ਦੇ ਨਾ ਬਿਜਲੀ ਏ ਜੇ ਡੀਜ਼ਲ ਏ ਤੇ ਉਹ ਬੜਾ ਮਹਿੰਗਾ ਹੈ ਜੇ ਟਰੈਕਟਰ ਏ ਤੇ ਉਹ 28 24 ਲੱਖ ਦਾ ਹੋ ਗਿਆ ਠੀਕ ਉਹਾਈ ਮਹਿੰਗੀ ਹੋ ਗਈ ਏ ਪਾਣੀ ਲੱਭਦਾ ਨਹੀਂ ਪਿਆ ਤੇ ਬੀਜ ਉਹ ਦੋ ਨੰਬਰ ਨੇ ਸਾਰੇ ਹੀ ਤੇ ਖਾਦਾ ਮਿਲਦੀਆਂ ਨਹੀਂ ਪਈਆਂ 22400 ਦੀ ਖਾਦੇ ਜਿਹੜੀ 35 3600 ਦੀ ਮਿਲਦੀ ਪਈ ਤੇ ਕੀ ਕਿਸੇ ਨੇ ਵੋਾਈ ਕਰਨੀ ਏ ਤੇ ਕੀ ਕਿਸੇ ਨੇ ਜ਼ਿੰਮੇਦਾਰਾ ਕਰਨਾ ਜ਼ਿੰਮੇਦਾਰਾ ਜਿੰਨਾ ਵੀ ਹੈ ਜਿੱਥੇ ਵੀ ਹੈ ਜੇ ਕੋ ਮੋٹے ਜ਼ਿੰਮੇਦਾਰ ਨੇ ਤੇ ਉਹ ਕੋ ਹੈ ਨੇ ਕੋ ਸੁਖੀ ਹੋਣ ਤੇ ਜਿਹੜੇ 2 4 ਸਾਡੇ ਵਰਗੇ ਮਾਤੜ ਪੈਲੀ 2 ਪੈਲੀ 4 ਪੈਲੀਆਂ ਵਾਲੇ ਨੇ ਉੱਤੇ ਰੋਂਡੇ ਨੇ ਆਪਣੇ ਜੰਮਣ ਵਾਲਿਆਂ ਨੂੰ ਤੇ ਐਸ ਹਕੂਮਤ ਦੇ ਐਸ ਗਵਰਨਮੈਂਟ ਨੂੰ ਕਿ ਜਿਹੜੇ ਕੋਈ ਪੇੜ ਪੱਲੇ ਪਾंदी ਨਹੀਂ ਪਈ ਇਹਨਾਂ ਜਦੋਂ ਇਹਨਾਂ ਦੀ ਜਦੋਂ ਕਨਗ ਨਿਕਲੀ ਸੀ ਉਦੋਂ 22 24 ਦਾ 100 ਦੀ ਵੇਖ ਗਈ ਸੀ ਉਹਨਾਂ 35 3600 ਦੀ ਜਿਨ੍ਹਾਂ ਦੇ ਕੋ ਪੈਸੇ ਸੀ ਉਹਨਾਂ ਲੈ ਕੇ ਰੱਖ ਲਈਏ ਉਹ 35 3600 ਦੀ ਵੇਕਦੀ ਪਈ ਹੈ ਕਿਸਾਨ ਨੂੰ ਕੀ ਲੱਭਿਆ ਕਿਸਾਨ ਨੂੰ ਕੱਖ ਨਹੀਂ ਲੱਭਦਾ ਪਿਆ ਨਾ ਉਹਦੀ ਵਹੀ ਪੂਰੀ ਹੁੰਦੀ ਪਈ ਐ ਨਾ ਉਹਦਾ ਕੋਈ ਪਾਣੀ ਦਾ ਕਰਤਿਆ ਨਾ ਬਿਜਲੀ ਦਾ ਬਿੱਲ ਪੂਰਾ ਹੁੰਦਾ ਪਿਆ ਤੇ ਉਹਤੇ ਬਿਲਕੁਲ ਕਿਸੇ ਕੰਮ ਜੋਗਾ ਨਹੀਂ ਦੇਆ ਇਸ ਲਈ ਤੇ ਕਲੋਨੀਆਂ ਬਣੇ ਜਾਂਦੀਆਂ ਪਈਆਂ ਨੇ ਜਗਾ 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 ਵੇਖ ਕੇ ਤੇ ਕਲੋਨੀਆਂ ਟਾਣ ਕੱਟੇ ਜਾਂਦੇ ਨੇ ਤੇ ਅਸੀਂ ਵੀ ਐਸੇ ਲੱਗੇਆਂ ਸਿਲਸਲੇ 'ਚ ਕਿ ਸਾਡਾ ਵੀ ਚਲੋ ਕਿ ਜਿਹੜਾ ਕੋ ਕਿਲਾ ਦੋ ਹੈ ਵੇਖ ਜਾਏ ਤੇ ਅਸੀਂ ਵੀ ਕਿਸੇ ਪਾਸੇ ਕੋ ਬਹਿ ਜਾਈਏ ਤੇ ਆਰਾਮ ਨਾਲ ਸਕੂਨ ਨਾਲ ਕੋ ਦਸਤੀ ਲਾ ਲਈਏ ਜਾਂ ਕੁੰਝ ਪ੍ਰਾਪਰਟੀ ਦਾ ਕੰਮ ਕਰ ਲਈਏ ਤੇ ਜ਼ਿੰਮੇਦਾਰਾ ਬਹੁਤ ਮੁਸ਼ਕਲ ਹੋ ਗਿਆ ਹਰ ਬੰਦੇ ਦੇ ਵਾਸਤੇ ਦਾ ਕੰਮ ਨਹੀਂ ਰਿਹਾ ਇਹ ਤਾਂ ਹੁਣ ਜਿਹੜੇ ਮੋٹے ਜ਼ਗੀਰਦਾਰ ਨੇ ਵੱਡੇ ਜਿਨ੍ਹਾਂ ਦਾ 2-2 ਚਾਰ-ਚਾ 10-10 ਮਰਬੇ ਨੇ ਉਹੀ ਜ਼ਿੰਮੇਦਾਰਾ ਕਰ ਸਕਦੇ ਡਾਕਟਰ ਸਾਹਿਬ ਦੂਜਾ ਬੰਦਾ ਤਾਂ ਨਹੀਂ ਕਰ ਸਕਦਾ ਜ਼ਿੰਮੇਦਾਰਾ ਹੁਣ ਨਾ ਕਿਸੇ ਦੀ ਕੋਈ ਸਮਝ ਆਉਂਦਾ ਜੇ ਕੋਈ ਖਾਦ ਲਿਆ ਕੇ ਪਾਣੇ ਆ ਉਹ ਦੋ ਨੰਬਰ ਏ ਜੇ ਬੀ ਲਿਆਣੇ ਆ ਅੱਧਾ ਹੋ ਗਪੈਂਦਾ ਅੱਧਾ ਹੋ ਗਦਾ ਨਹੀਂ ਪਤਾ ਨਹੀਂ ਉਹ ਚ ਵੀ ਮਿਲਾਵਟ ਏ ਜੇ ਕੋਈ ਸਪਰੇ ਕਰੀਦਾ ਹੈ ਜ਼ਹਿਰ ਲਿਆਈਦਾ ਉਹ ਅਸਰ ਨਹੀਂ ਕਰਦਾ ਇੱਥੇ ਸਿਰਫ ਇੱਕ ਕੋਈ ਚੀਜ਼ ਅਸਰ ਕਰਦੀ ਨਹੀਂ ਪਈ ਤਾਂ ਕੀ ਬੰਦਾ ਕਰੇ ਤੇ ਸਾਡੇ ਇਲਾਕੇ 'ਚ ਖਾਦ ਦੀ ਬਹੁਤ ਜ਼ਿਆਦਾ ਕਮੀ ਹੈ। ਇਹ ਇਲਾਕੇ ਦੇ ਬਾਗਵਾਂ 'ਚ ਰਹਿੰਦੇ ਆ ਜਿਹੜੇ ਨਾਲ ਖਾਦ ਹੈ ਸਾਨੂੰ ਮੋਗਲ ਮੇਲੇ 'ਚ ਖਾਦ ਮਿਲਦੀ ਨਹੀਂ ਆਵੇ ਬਿਲਕੁਲ। 3000 3200 ਰੁਪਏ ਬੋਝੀ ਬਾਕੇ ਭੇਜੇ ਫਿਰਨੇ ਆ ਖਾਦ ਨਹੀਂ ਮਿਲਦੀ ਕੋਈ ਆ। ਇਹ ਮਿਲਦੀ ਹੈ ਤੇ ਉਹ ਮਹਿੰਗੀ ਮਿਲਦੀ ਹੈ। ਇਲਾਕਾ ਦਾ ਦੂਰ ਹੈ। ਕਿਤੇ ਘੌਰ ਕਰੋ। ਤਾਂ ਖਾਦ ਜ਼ਿਆਦਾ ਲੱਭੇ। ਅੱਡੀ ਫਰਕ ਤਬਾਹ ਹੋਣ ਦੀਆਂ ਨੇ। ਕੰਮ ਖਰਾਬ ਹੋਣ ਰਿਹਾ। ਜਿਹੜਾ ਨਾਲ ਖਾਦ ਦੀ ਬਹੁਤ ਜ਼ਿਆਦਾ ਕਮੀ ਹੈ। ਤੇ ਕੋਈ ਮਧੇ ਖਾਦ ਮਿਲਦੀ ਹੈ ਹੀ ਕੋਈ ਨਹੀਂ ਕੋਈ ਵੀ ਤੇ ਮਿਲਦੀ ਹੈ ਤਾਂ ਮੁਸ਼ਕਲ ਮਹਿੰਗੀ ਮਿਲਦੀ ਹੈ। ਸਾਡਾ ਜਿਹੜਾ ਇਲਾਕਾ ਵੇ ਨਾ ਮੀਆਂ ਵਾਲੀ ਬੰਗਲਾ ਇੱਕ ਜ਼ਿਲ੍ਹਾ ਸਿਆਲਕੋਟ ਦਾ ਬਿਲਕੁਲ ਬੈਕਵਰਡ ਜਿਹਾ ਇਲਾਕਾ ਸਮਝਿਆ ਜਾਂਦਾ ਹੈ ਜੀ ਤੇ ਜਿਸ ਜਗ੍ਹਾ ਤੇ ਖਾਦ ਦੀ شدید ਕਿੱਲਤ ਹੈ ਉਹ ਜਿਹੜੇ ਸਾਡੇ ਇਥੇ ਮਾਰਕੀਟ 'ਚ ਬੈਠੇ ਨੇ ਮਾਫੀਆ ਬੈਠਾ ਵੇ ਉਹ ਸਾਡੇ ਮਾੜੇ ਲੋਕਾਂ ਨਾਲ ਬਿਲਕੁਲ ਜ਼ਿਆਤੀ ਕਰਦਾ ਪਿਆ ਇਸ ਟਾਈਮ ਸਾਨੂੰ ਸਾਡੀਆਂ ਫਸਲਾਂ ਨੂੰ ਖਾਦ ਦੀ ਅਸ਼ਧ ਜ਼ਰੂਰਤ ਹੈ ਲੇਕਿਨ ਖਾਦ ਦੀ ਅਦਮ ਦਸਤੀਆਬੀ ਦੀ ਵਜ੍ਹਾ ਤੋਂ ਸਾਡੀਆਂ ਫਸਲਾਂ ਇਰ ਤੋਂ متاثر ਹੁੰਦੀਆਂ ਪਈਆਂ ਨੇ ਔਰ ਅਸੀਂ ਇਹ ਅਪੀਲ ਕਰਨੇ ਆ ਆਪਣੇ ਹੁਕਾਮ ਦੇ ਅੱਗੇ ਆਪਣੇ ਡਿਸਟ੍ਰਿਕਟ ਦੇ ਹੁਕਾਮ ਦੇ ਅੱਗੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਆ ਕੇ ਇਸ ਚੀਜ਼ ਤੇ ਐਕਸ਼ਨ ਲੈਣ ਔਰ ਇਹਨਾਂ ਮਾਰੇ ਲੋਕਾਂ ਦੀ ਗੱਲ ਸੁਣਨ ਇਹਨਾਂ ਦੀਆਂ ਫਸਲਾਂ ਪਾਇ ਤਕਮੀਲ ਤੇ ਸਹੀ ਸਲਾਮਤ ਪਹੁੰਚਣ ਔਰ ਖਾਦ ਲੈਣ ਵਾਸਤੇ ਲੋਕ ਪੈਸੇ ਹੱਥਾਂ 'ਚ ਲਈ ਫਿਰਦੇ ਨੇ ਔਰ ਜਿਹੜਾ ਇਹ ਮਾਫੀਆ ਵੇ ਖਾਦ 3000 ਰੁਪਏ ਤੱਕ ਵੀ ਮਾਰਕੀਟ 'ਚ ਨਹੀਂ ਮਿਲਦੀ ਪਈ ਆ ਔਰ ਲੋਕ ਜ਼ਲੀਲ ਹੁੰਦੇ ਫਿਰਦੇ ਨੇ ਫਸਲਾਂ ਖਰਾਬ ਪਈਆਂ ਹੁੰਦੀਆਂ ਨੇ ਤੁਸੀਂ واسطے ਅਸੀਂ ਇਹ ਗੁਜ਼ਾਰਿਸ਼ ਕਰਨੇ ਆ ਕਿ ਇਹਦਾ ਐਕਸ਼ਨ ਲਵੋ ਇਸ ਇਲਾਕੇ ਚ ਆ ਕੇ ਮਾਫੀਆ ਨੂੰ ਕਾਬੂ ਕਰੋ ਔਰ ਉਹਨਾਂ ਕੋਲ ਬਰਪੂਰ ਇਹਦਾ ਹਿਸਾਬ ਲਵੋ ਮੀਲਾ ਟੀਵੀ ਦੇ ਤਸੱਫਬ ਦੇ ਨਾਲ ਐ ਸਾਡਾ ਜਿਹੜਾ ਮਸਾਇਲ ਤੁਸੀਂ ਲੈਣ ਆਏ ਪਾਇਨ ਕਿਸਾਨ ਦੇ ਦੇ ਹਵਾਲੇ ਦੇ ਨਾਲ ਸਾਡੇ ਜੱਟਾਂ ਦੇ ਮਸਾਇਲ ਹੀ ਮਸਾਇਲ ਨੇ ਅਸੀਂ ਜ਼ਿੰਮੇਦਾਰ ਫਸੇ ਫਸੇ ਆ ਸਿਰਫ ਇੰਨਾ ਕੋ ਮਾਮਲਾ ਹੁੰਦਾ ਕਿ ਚਲੋ ਸਾਡੀ ਗੱਲ ਤੁਹਾਡੇ ਸਬਰ ਇਵਾਨਾ ਤੀਕਰ ਪਹੁੰਚ ਜਾਏ ਕੁੱਲ ਜਿਹੜੇ ਸਰਕਰਦਾ ਲੋਗ ਨੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੀ ਕੈਸੀ ਅਸੀਂ ਥੱਲੇ ਦੇ ਵੋਟ ਕਿ ਜਿਹੜੇ ਆ ਉਹ ਕੈਸੇ ਜੀ ਰਹੇ ਆ ਸਾਡੇ ਸਭ ਤੋਂ ਵੱਡੇ ਮਸਾਇਲ ਖਾਦ ਤੇ ਬੀਜ ਦੀ ਜਿਹੜੀ ਫਰਹਾਬਾਨੀ ਹੈ ਉਹ ਨਹੀਂ ਹੈ ਸਾਡੇ ਕੋਲ ਜੇ ਮਿਲ ਵੀ ਰਹੀ ਏ ਤੇ ਉਹ ਬੀ ਗ੍ਰੇਡ ਮਿਲ ਰਿਹਾ ਸਾਨੂੰ ਐ ਬੜਾ ਵੱਡਾ ਹੈ ਕਿ ਜਿਹੜਾ ਨਾ ਸਾਡੇ ਮੁਲਕ ਦਾ ਇਸ਼ੂ ਹੈ ਕਿ ਸਾਡੇ ਕੋਲ ਖਾਦ ਟਾਈਮ ਸਰ ਨਹੀਂ ਹੁੰਦੀ ਉਹ ਜਦੋਂ ਟਾਈਮ ਹੁੰਦਾ ਸਾਡਾ ਉਦੋਂ ਬਲੈਕ ਹੋ ਜਾਂਦੀਆਂ ਨੇ ਇਸ ਟਾਈਮ ਮੌਜੂਦਾ ਰੇਟ ਗਵਰਨਮੈਂਟ ਦਾ 250 ਰੁਪਇਆ ਹੈ ਖਾਦ ਦਾ ਤੇ ਮੈਂ ਕਹਿੰਨਾ ਕਿ ਰੁਪਇਆ 3000 ਸਾਡੇ ਕੋਲ ਫੜੋ ਤੇ ਸਾਨੂੰ ਖਾ ਲਿਆ ਦਿਓ ਤੁਸੀਂ ਨਹੀਂ ਲਿਆ ਕੇ ਦਿਓਗੇ ਇਹ ਸਿਰਫ ਮਖਸੂਸ ਲੋਕਾਂ ਨੂੰ ਨਵਾਜ਼ਿਆ ਜਾ ਰਿਹਾ ਅਸੀਂ ਕਿਸਾਨ ਦਬਕਾ ਪਿਸ ਰਹੇ ਆ ਉਹਦੇ ਵਿੱਚ ਸਭ ਤੋਂ ਵੱਡਾ ਮਾਮਲਾ ਜਿਹੜੇ ਸਾਡੇ ਅਖਰਾਜਾਤ ਦੇ ਵਿੱਚ ਉਹ ਪਹਿਲੀ ਜ਼ਮੀਨ ਦਾ ਇੱਕ ਠੇਕਾ ਤੇ ਹਰ ਜੱਟ ਦੀਆਂ ਸਾਰੀਆਂ ਜ਼ਮੀਨਾਂ ਆਪਣੀਆਂ ਨਹੀਂ ਹਨ ਮਜ਼ਦੂਰ ਲੋਕ ਬਹੁਤ ਜ਼ਿਆਦਾ ਨੇ ਸਭ ਤੋਂ ਜ਼ਿਆਦਾ ਜਿਹੜੀ ਸਸਤੀ ਮਜ਼ਦੂਰੀ ਹੈ ਕਿ ਬਹੁਤੀ ਮਜ਼ਦੂਰੀ ਕਰਨੀ ਹੈ ਤੇ ਘਾਟੂ ਜਰਤ ਮਿਲਣੀ ਹੈ ਉਹ ਅਸੀਂ ਲੋਕਾਂ ਸਾਡਾ ਨਿਜ਼ਾਮ ਐਸਾ ਤੇ ਹੁਣ 1 ਲੱਖ ਤੋਂ 1 ਲੱਖ 5 1 ਲੱਖ 20 ਸਾਡੇ ਏਰੀਆ ਦੇ ਵਿੱਚ ਠੇਕਾ ਅਸੀਂ ਇੱਕ ਫਸਲ ਤੇ ਕੋਈ ਬੀਜ ਕੇ ਤੇ ਉਹਦਾ ਤਾਂ ਠੇਕਾ ਹੀ ਦੇ ਛੜਣਾ ਹੁੰਦਾ ਉਹ ਦੂਜੀ ਫਸਲ ਚ ਖਰਾਜਾ ਦੋ ਫਸਲਾਂ ਦੇ ਕੱਢਣੇ ਨੇ ਫਿਰ ਕੁਚ ਆ ਰਹੇ ਨੇ ਸਾਨੂੰ ਬਚਣੇ ਨੇ ਆਪ ਇਹ ਸਾਡੇ ਗੁਜ਼ਾਰਸ਼ ਹੈ ਆਪ ਦੇ ਅੱਗੇ ਇਹ ਵਾਨਾ ਤਿਕਰ ਜਿਹੜਾ ਮਾਮਲਾਤ ਨੇ ਇਹ ਪੁੰਚਾਓ ਮੇਲਾ ਟੀਵੀ ਦੇ ਤਸਵਬ ਦੇ ਨਾਲ ਤੇ ਸਾਡੇ ਇਹ ਜਿਹੜੀ ਸਾਨੂੰ ਬੇਟੈਮੀਆਂ ਚੀਜ਼ਾਂ ਮਿਲਦੀਆਂ ਨੇ ਕਿ ਸਾਡੀ ਸਾਡੀ ਕੜਕ ਨੂੰ ਜ਼ਰੂਰਤ ਹੁੰਦੀ ਹੈ ਪਾਣੀ ਦੀ ਤੇ ਸਾਡੀ ਲਾਈਟ ਤੁਰ ਗਈ ਹੁੰਦੀ ਹੈ ਜਿੰਨਾ ਦਿਨਾਂ ਦੇ ਵਿੱਚ ਸਾਡੀ ਗੰਧਮ ਮੁੰਜੀ ਨੂੰ ਜ਼ਰੂਰਤ ਹੁੰਦੀ ਹੈ ਪਾਣੀ ਦੀ ਉਦੋਂ ਤੇਲ ਮਹਿੰਗਾ ਕਰ ਦਿੱਤਾ ਜਾਂਦਾ ਇਹ ਚੀਜ਼ਾਂ ਵਕਤ ਦੇ ਨਾਲ ਸਾਨੂੰ ਪ੍ਰੋਵਾਈਡ ਕੀਤੀਆਂ ਜਾਂ ਸਾਡੇ ਮਸਾਇਲ ਹੱਲ ਹੋ ਜਾਂਦੇ ਨੇ ਇਸ ਟਾਈਮ ਨਾ ਮਾਰਕੀਟ 'ਚ ਗੰਧਮ ਜੋਗੀ ਖਾਦ ਹੈ ਸਾਡੇ ਕੋਲ ਨਾ ਸਾਨੂੰ ਕੋ ਅੱਛਾ ਅੱਛੇ ਗ੍ਰੇਡ ਦਾ ਵੀ ਮਿਲੇ ਹੈ ਵੀ ਦੇ ਸੂਰਤ ਹਾਲ ਹੈ ਵੇ ਕਿ ਤੁਸੀਂ ਜਿਹੜਾ ਮਰਜ਼ੀ ਵੀ ਹੈ ਇਸ ਟਾਈਮ ਮੌਜੂਦਾ ਲਾ ਲਓ ਉਹ ਗਵਰਨਮੈਂਟ ਕੋਲੋਂ ਲੈ ਕੇ ਲਾ ਲਓ ਵਿੱਚ ਗੰਦੁਗੇ ਤੇ ਬੀ ਅੱਛਾ ਗਵਰਨਮੈਂਟ ਕੋਲ ਲੈ ਕੇ ਲਾਨ ਦਾ ਮਕਸਦ ਹੈ ਨਾ ਵਿੱਚ ਹੋਰ ਦਾਣੇ ਨਾਨ ਹੋਰ ਸਿੱਟੀ ਨਾ ਆਵੇ ਹੋਰ ਕੋਈ ਬੀਜ ਜਿਹੜੇ ਫਜ਼ੂਲ ਨੇ ਉਹ ਨਾ ਵਿੱਚ ਇੱਥੇ ਗੰਧਮ ਦਾ ਬੀਜ ਹੈ ਵਿੱਚੋਂ ਜੋ ਨਿਕਲਦੇ ਹੁੰਦੇ ਨੇ ਇੱਥੇ ਗੰਧਮ ਛਟਾਲੇ ਦਾ ਬੀਜ ਹੈ ਵਿੱਚੋਂ ਸਰੋਂ ਨਿਕਲਦੀ ਹੁੰਦੀ ਹੈ ਐ ਤੇ ਹਾਲਾਤ ਜਾ ਰਹੇ ਨੇ ਸਾਡੇ ਤੇ ਆਪ ਜਿਹੜੀ ਹੈ ਸਾਡੇ ਮਸਾਇਲ ਆਪ ਦੀ ਮਿਹਰਬਾਨੀ ਹੈ ਆਪ ਸਾਡੇ ਅੱਜ ਕਿਸਾਨ ਦੇ ਦੇ ਹਵਾਲੇ ਦੇ ਨਾਲ ਮਸਾਇਲ ਨੂੰ ਐ ਉਜਾਗਰ ਕਰੋ ਕਿ ਸਾਡੇ ਕੋਲ ਕੋਈ ਚੀਜ਼ਾਂ ਵਕਤ ਦੇ ਵਕਤ ਮਿਲ ਜਨ ਸਾਡਾ ਮੌਸਮ 10 ਦਿਨ ਗੰਧਮ ਦਾ ਗੁਜ਼ਰ ਜਾਵੇ ਅਸੀਂ ਨਹੀਂ ਲਾ ਸਕਦੇ ਸਾਡੀ ਉਹ ਭਰਪੂਰ ਫਸਲ ਨਹੀਂ ਹੋ ਸਕਦੀ ਅਸੀਂ ਉਹ ਵਕਤ ਦੇ ਨਾਲ ਲਾਵਾਂਗੇ ਤੇ ਫੇਰ ਹੀ ਉਹ ਭਰਪੂਰ ਫਸਲ ਹੈ ਨਹੀਂ ਤੇ ਕਰਜ਼ੇ ਥੱਲੇ ਤੇ ਸਾਰੇ ਹੀ ਹੈ ਮੈਂ ਜਿਵੇਂ ਮੁਲਕ ਚੱਲ ਰਿਹਾ ਉਹ ਜੀ ਅਸੀਂ ਜ਼ਿੰਮੇਦਾਰ ਚੱਲ ਰਿਹਾ ਬਲਕਿ ਸਾਡੇ ਜ਼ਿੰਮੇਦਾਰਾਂ ਦਾ ਤੇ ਬਹੁਤਾ ਮਾੜਾ ਹਾਲ ਹੈ 슈ਗਰ ਦਾ ਹਾਲ ਕੋਈ ਨਹੀਂ ਹੈ ਗੰਧਮ ਦੇ ਤੇ ਆਪਨੇ ਸੂਰਤ-ਏ-ਅਲਮਾ ਦਾਸ਼ ਦਿੱਤੀ ਹੈ ਕਿ ਓਖਿਆ ਹੋ ਕੇ 20 ਲਿਆ ਗਵਰਨਮੈਂਟ ਕੋਲੋਂ ਤੇ ਖਾਦ ਨਹੀਂ ਲੱਭਦੀ ਬਿਜਲੀ ਦਾ ਆਇਆ ਹਾਲ ਹੈ ਕਿ 70-80 ਹਜ਼ਾਰ ਰੁਪਿਆ ਸਾਡਾ ਖਰਚਾ ਹੋਣਾ ਗੰਧਮ ਦੇ ਉੱਤੇ ਏਕੜ ਦੇ ਉੱਤੇ ਲੈਕਿਨ ਸਾਨੂੰ ਬਿਜਲੀ ਦਾ ਬਿੱਲ ਹੀ 70000 ਪਾ ਛੱਡਦੇ ਨੇ ਤੇ ਅਸੀਂ ਕੀ ਕਰਨਾ ਹੈ ਉੱਥੇ ਕੀ ਬਚਤ ਲਈ ਲੰਘ ਚਲੋ ਆਦਕੀ ਕੋ 4000 ਰੁਪਏ ਰੇਟ ਸਿੰਧ ਦਾ ਹੋਇਆ ਲੇਕਿਨ ਪੰਜਾਬ ਚ ਐ ਵੀ ਆਵਾਜ਼ ਕੋਈ ਨਹੀਂ ਹੁੰਦੀ ਕਿ ਗੰਧਮ ਮਹਿੰਗੀ ਕੀਤੀ ਜਾ ਰਹੀ ਉਹ ਪੰਜਾਬ ਦੇ ਵਿੱਚ ਵੀ ਗੰਧਮ ਨੂੰ ਮਹਿੰਗਾ ਕੀਤਾ ਜਾਏ ਜੇ ਉਹਨਾਂ ਲੋਕ ਸਾਡੇ ਭਰਾਇਆਂ ਭਾਈਆਂ ਦੀ ਫਸਲਾਂ ਨਹੀਂ ਹੋ ਰਹੀਆਂ ਤੇ ਇੱਥੇ ਤੇ ਸਾਡੇ ਅਸੀਂ ਭਰਪੂਰ ਫਸਲ ਉਗਾਈਏ ਤਾਂ ਕਿ ਇਹਨਾਂ ਪਾ ਭਾਈਆਂ ਨੂੰ ਵੀ ਖੁਰਾਕ ਮਿਲ ਸਕੇ بلوچستان ਤੇ ਸਿੰਧ ਦੇ ਵਿੱਚ ਸਲਾਬ ਦੇ ਨਾਲ ਬੜੀਆਂ ਤਬਾਹ ਕਰ ਰਹੀਆਂ ਹੋ ਜਾਂ ਨੇ ਅਸੀਂ ਇੱਥੇ ਉਗਾਵਾਂਗੇ ਤੇ ਉਹਨਾਂ ਲੋਕਾਂ ਨੂੰ ਰਿਜ਼ਕ ਜਾਏਗਾ ਕਿ ਤੁਸੀਂ ਐ ਕਰੋ ਕਿ ਜਿਹੜੀ ਇਸ ਟਾਈਮ ਖਾਦ ਦੀ ਕਿੱਲਤ ਸਾਡੇ ਜਟਾਂ ਦੇ ਉੱਤੇ ਆ ਰਹੀ ਏ ਇਹ ਵਾਨਾ ਤਿਕਰ ਗੱਲ ਪਹੁੰਚਾਓ ਅੱਛੇ ਅੱਛੇ ਜਿਹੜੇ ਕੋ ਸਾਡੇ ਵਜ਼ੀਰ ਮਜ਼ੀਰ ਜਿਹੜੇ ਕੋ ਐਸਾ ਚੀਜ਼ਾਂ ਦੇ ਵਿੱਚ ਹੈ ਨੇ ਇਨਵੋਲਵ ਨੇ ਜ਼ਰਾਇਤ ਦੇ ਮਹਿਕਮੇ ਨਾਲ ਉਹ ਸਾਡੀ ਚੈੱਕ ਐਂਡ ਬੈਲੈਂਸ ਦੇ ਵਿੱਚ ਖਾਦ ਉੱਤੇ ਬੈਲੈਂਸ ਕਰਨ ਕਿ ਸਾਨੂੰ ਜ਼ਿੰਮੇਦਾਰ ਨੂੰ ਮਿਲੇ ਅਸੀਂ ਤਾਂ ਜ਼ਿਆਦਾ ਪੈਸੇ ਵੀ ਦਿੰਨੇ ਆ ਬਲੈਕ ਵੀ ਪੈਸੇ ਦਿੰਨੇ ਆ ਟਾਈਮ ਸਿਰਫ ਇਹ ਨਹੀਂ ਮਿਲਦੀ ਸਰਕਾਰ ਖੱਜਲ ਖਰਾਬ ਹੋ ਗਈ ਆ ਬਚਲੇ ਆ ਖਾਦ ਕਿਥੋਂ ਨਹੀਂ ਲੱਭਦੀ ਹਾਂ ਫੇਰੇ ਮਾਰ ਮਾਰ ਕੇ ਬੰਦੇ ਆਪ ਜਾਂਦੇ ਨੇ ਨਹੀਂ ਤਾਂ ਜੇ ਮਈਆਂ ਵਾਲੀ ਬੰਗਲੇਉ ਨਹੀਂ ਮਈਆਂ ਵਾਲੀ ਬੰਗਲੇਉ ਨਹੀਂ ਮਿਲਦੀ ਕਿਰੇਉ ਵੀ ਨਹੀਂ ਮਿਲਦੀ ਕਿੱਥਲ ਜਾਈਏ ਹੋਰ ਫੇਰ ਮੈਂ ਹੋਈ ਕਹਿ ਲਗਾ ਜੇ ਇੱਕ ਤੋਂ ਨਹੀਂ ਮਿਲਦੀ ਤਾਂ ਕਿੱਥੇ ਹੋਰੋਂ ਪਤਾ ਕਰ ਲੈ ਜੱਜਲ ਖਰਾਬ ਹੋ ਕੇ ਦੇਖ ਕੇ ਬਹਿ ਜਾਈਦਾ ਆਣ ਕੇ ਹਾਂ ਦਿਹਾੜੀ ਕੱਢੀ ਦੀ ਫੇਰ ਭੱਜ ਪਈਦਾ ਹਾਂ ਤੇ ਜਾਈਏ ਤੇ ਉਹ ਅਗੋ ਆਸ਼ਰ ਦੇ ਜੀ ਖਾਸ ਹੈ ਹੀ ਨਹੀਂ ਹਾਂ ਤੇ ਜੇ ਦੇਣੀ ਹੈ ਤਾਂ ਅੱਗ ਦੇ ਭਾ ਦੇਣੀ ਹੈ ਹਾਂ ਜੋ ਰੇੜੇ ਉਹ ਰੇੜੇ ਨਾਲ ਕੋਈ ਵੀ ਨਹੀਂ ਦਿੰਦਾ ਉਹ ਤੋਂ ਕੋਈ 2000 1500 ਵਾਧ ਲਾਂਦੇ ਨੇ ਤੇ ਫੇਰ ਦਿੰਦੇ ਨੇ ਔਰ ਲੰਮੜਦਾਰ ਸਾਹਿਬ ਨੂੰ ਪੁੱਛਨੇ ਆ ਕਿ ਇਹ ਹੋਰ ਕੀ ਅੱਖ ਨਾਲ ਚਾਹੁੰਦੇ ਨੇ ਜੀ ਲੰਮੜ ਸਾਹਿਬ ਹੋਰ ਤੁਸੀਂ ਕੀ ਅੱਖ ਨਾਲ ਚਾਹੁੰਦੇ ਹੋ ਸਰ ਅੱਜ ਤੋਂ 2 ਮਹੀਨੇ ਪਹਿਲਾਂ ਵਜ਼ੀਰ ਆਜ਼ਮ ਸਾਹਿਬ ਨੇ ਸਕੀਮਾਂ ਕੁਝ ਲਾਂਚ ਕੀਤੀਆਂ ਹਨ ਹਾਂਜੀ ਹਾਂਜੀ ਸੋ 80 ਕਰੋੜ ਰੁਪਏ ਦੀਆਂ ਹਾਂਜੀ ਹਾਂਜੀ ਉਹਦੇ ਜ ਐਗਰੀਕਲਚਰਲ ਦੀ ਸੋਲਰ ਸਿਸਟਮ ਦੀ ਖਾਤੇ ਸਬਸਿਡੀ ਬਾਰੋਂ ਚੀਜ਼ਾਂ ਮੰਗਾਉਣ ਵਾਸਤੇ ਪ੍ਰਾਣੀਆਂ ਉਹਦੇ ਤੇ ਟੈਕਸ ਦੀ ਸਹੂਲਤ ਵਾਸਤੇ ਪੁਰਾਣੀ ਮਸ਼ੀਨਰੀ ਤੇ ਉਹਨਾਂ ਟੈਕਸ ਮਾਫ ਕੀਤਾ ਡੀਪੀ ਖਾਦ ਦੇ ਉਤੇ 500 ਰੁਪਈਆ ਉਹਨਾਂ ਨੇ ਸਰ ਉਹ ਡੀਪੀ ਤੇ ਅਮਲ ਦਰਅਮਦ ਹੋਇਆ ਸੀ ਡੀਪੀ ਪਿਛਲੇ ਸਾਲਾਂ 16000 ਜਿ ਪਾਈ ਹੈ ਅਰ ਕਾ 10000 ਜਿ ਮਿਲੀ ਹੈ ਸਾਨੂੰ ਹਾਂ ਹਾਂ ਉਹਦੇ ਤੇ ਅਮਲ ਹੋਇਆ ਲੇਕਿਨ ਦੂਜੀਆਂ ਚੀਜ਼ਾਂ ਤੇ ਫੈਡਰਲ ਗਵਰਨਮੈਂਟ ਐਲਾਨ ਕੀਤਾ ਸਬਾਈ ਗਵਰਨਮੈਂਟ ਨੇ ਅਮਲ ਦਰਅਮਦ ਕਰਾਉਣਾ ਸੀ ਹਾਂ ਹਾਂ ਸਬਾਈ ਗਵਰਨਮੈਂਟ ਜਿਹੜੀ ਐ ਨਾ ਉਹ ਕੋਈ ਐਕਸ਼ਨ ਨਹੀਂ ਲੈ ਰਹੀ ਹਾਲਾ ਕਿ ਇਹ ਜਿਹੜੇ ਮੁਤਲਕ ਜ਼ਰਾਇਤ ਅਫਸਰ ਡਿਪਟੀ ਕਮਿਸ਼ਨਰ ਏਸੀ ਸਾਹਿਬਾਨ ਨੇ ਨਾ ਇਹ ਸਬਾਈ ਗਵਰਨਮੈਂਟ ਦੇ ਮਤਹਿਤ ਹੁੰਦੇ ਨੇ ਹਾਂਜੀ ਹਾਂਜੀ ਇਹਨਾਂ ਨੂੰ ਵਜ਼ੀਰ ਆਲਾਹ ਸਾਹਿਬ ਦਾ ਹੁਕਮ ਚਾਹੀਦਾ ਹੈ ਵਜ਼ੀਰ ਆਲਾਹ ਸਾਹਿਬ ਵੀ ਸਾਡੇ ਜੱਟ ਬਰਾਦਰੀ ਦੇ ਨੇ ਹਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜ਼ਿੰਮੇਦਾਰ ਨੂੰ ਕੀ ਕੀ ਮੁਸ਼ਕਿਲਾਂ ਨੇ ਹਾਂ ਤੇ ਇਹਨਾਂ ਡਿਪਟੀ ਕਮਿਸ਼ਨਰ ਸਾਹਿਬਾਨ ਕੋਲੋਂ ਏਸੀ ਸਾਹਿਬ ਕੋਲੋਂ ਜਾਂ ਜ਼ਰਾਇਤ ਡੀਓ ਅਫਸਰਾਂ ਨੇ ਜਿਹੜੇ ਉਹਨਾਂ ਕੋਲ ਉਹ ਅਮਲ ਦਰਾਮਦ ਕਰਵਾਉਣਾ ਸਾਰੇ ਦੀ ਜ਼ਿੰਮੇਵਾਰੀ ਹੈ ਵਜ਼ੀਰ ਆਲਾ ਸਾਹਿਬ ਦੀ ਬਿਲਕੁਲ ਬਿਲਕੁਲ ਵਜ਼ੀਰ ਆਜ਼ਮ ਸਾਹਿਬ ਤੇ ਉਤੋਂ ਫੰਡ ਰਿਲੀਜ਼ ਕਰ ਦਿੱਤਾ ਹਾਂ ਅੱਗੋ ਸਬਾਈ ਗਵਰਨਮੈਂਟਾਂ ਦਾ ਕੰਮ ਹੈ ਕਿ ਨੂੰ ਜਿਹੜੀ ਇਹ ਨਿਚਲੀ ਸਤਾ ਤੱਕ ਜਾ ਕੇ ਮਤਲਬ ਨੇ ਦੇ ਤੇ ਅਮਲ ਦਰਾਮਦ ਕਰਵਾਉਣਾ ਹਾਂ ਤੇ ਅਸੀਂ ਤੇ ਵਜ਼ੀਰ ਆਲਾ ਪੰਜਾਬ ਚੋਇ ਪ੍ਰਵੇਸ਼ ਲਾਈ ਸਾਹਿਬ ਅੱਗੇ ਅਪੀਲ ਕਰਨੇ ਆ ਕਿ ਤੁਸੀਂ ਆਪਣਾ ਜ਼ਿੰਮੇਵਾਰ ਘਰਾਨੇ ਜੋ ਜੱਟ ਭਰਾਦਰੀ ਜੋ ਤੇ ਕੁਝ ਨਾ ਕੋਈ ਖਦਾਖੋਫੀ ਕਰਕੇ ਆਪਣੀਆਂ ਸੰਭਲੀਆਂ ਦੇ ਬਾਰੇ ਜੀ ਨਾ ਪਰੇਸ਼ਾਨ ਨਾ ਹੋ ਪਿਆ ਹਾਂ ਸੰਬਲੀਆਂ ਤੋੜੀਆਂ ਨੇ ਜਾਂ ਮਾਲ ਬਚਾਣਾ ਹੈ ਜਾਂ ਖਾਣਾ ਕੋਈ ਜ਼ਿੰਮੇਦਾਰ ਤੱਕ ਵੀ ਕਲਾ ਹੜੋ ਹਾਂ ਤੇ ਜਿਹੜੀਆਂ ਵੀ ਮੁਸ਼ਕਿਲਾਂ ਜ਼ਿੰਮੇਦਾਰਾਂ ਨੂੰ ਸਾਰੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਸਾਰੇ ਐਮਪੀ ਐਮਐਨ ਇਥੋਂ ਗਏ ਨੇ ਪਿੰਡਾਂ 'ਚ ਤੇ ਇਹਨਾਂ ਨੂੰ ਪਤਾ ਲੇਕਿਨ ਜਾ ਕੇ اسلام آباد ਲਾਹੌਰ ਭੁੱਲ ਜਾਂਦੇ ਨੇ ਪਿਛਲਿਆਂ ਨੂੰ ਹਾਂ ਤੇ ਅਫਸਰਾਂ ਨੇ ਬਾਲਾ ਜਿੰਨੇ ਨੇ ਨਾ ਉਹ ਤੇ ਬਿਲਕੁਲ ਪਰਵਾਹ ਨਹੀਂ ਕਰਦੇ ਕਿਸੇ ਬੰਦੇ ਦੀ ਹਾਂ ਤਾਂ ਲਿਹਾਜ਼ਾ ਤੁਹਾਡੇ ਅੱਗੇ ਵੀ ਅਪੀਲ ਹੈ ਸਾਡੀ ਆਵਾਜ਼ ਜਿਹੜੀ ਹੈ ਨਾ ਉਤਲੀ ਸਤਾ ਤੱਕ ਪਹੁੰਚਾਈ ਜਾਏ ਹਾਂ ਤਾਂ ਕਿ ਕੋਈ ਨਾ ਕੁਝ ਜਿਹੜੀ ਸਾਡੀ ਰਾਇ ਨਭਾਈ ਹੋ ਜਾਵੇ ਸਾਬੋ ਤੁਸੀਂ ਸੁਨੀਆਂ ਨੰਬਰਦਾਰ ਹੋ ਰਾਂ ਆਪਣੇ ਸਾਰੇ ਇਲਾਕੇ ਦੇ ਆਪਣੇ ਪਿੰਡ ਦੇ ਕਾਸ਼ਤਕਾਰ ਭਰਾਵਾਂ ਦੀ ਤਰਜਮਾਨੀ ਕਰਦੇ ਹੁਆ ਬੜੀ ਜ਼ਬਰਦਸਤ ਗੱਲ ਕੀਤੀ ਉਹਨਾਂ ਨੇ ਫਰਮਾਇਆ ਭਈ 2 ਮਹੀਨੇ ਪਹਿਲਾਂ ਵਜ਼ੀਰ ਆਜ਼ਮ ਪਾਕਿਸਤਾਨ ਨੇ ਕਿਸਾਨ ਦੋਸਤ ਬੜਾ ਵੱਡਾ ਅਰਬਾਂ ਰੁਪਈਆ ਦਾ ਪੈਕੇਜ ਜਿਹੜਾ ਉਹ ਅਨਾਉਂਸ ਕੀਤਾ ਸੀ ਜਿਹਦੇ ਵਿੱਚ ਕਿਸਾਨਾਂ ਨੂੰ ਬਿਲਾ سود ਕਰਜ਼ੇ ਫਿਰ ਕਿਸਾਨਾਂ ਨੂੰ ਸੋਲਰ ਸਿਸਟਮ ਦੇ ਉੱਤੇ ਟਿਊਬਵੈਲ ਲਗਾਉਣ ਦੇ ਵਾਸਤੇ ਆਸਾਨ اقਸਾਤ ਦੇ ਵਿੱਚ ਕਰਜ਼ੇ ਫਿਰ ਮਸ਼ੀਨਰੀ ਬਿਲ ਖਸੂਸ ਟਰੈਕਟਰ ਤੇ ਦੀਗਰ ਜ਼ਰੀ ਮਸ਼ੀਨਰੀ ਨੂੰ ਇੰਪੋਰਟ ਕਰਨ ਦੇ ਉੱਤੇ ਉਹਨਾਂ ਨੇ ਹਰ ਕਿਸਮ ਦੇ ਟੈਕਸ ਵਗੈਰਾ ਮਾਫ ਕਰ ਦਿੱਤੇ ਸੈਕੰਡ ਹੈਂਡ ਮਸ਼ੀਨਰੀ ਮਗਾਨ ਦੀ ਇਜਾਜ਼ਤ ਦੇ ਦਿੱਤੀ ਇਸ ਤੋਂ ਇਲਾਵਾ ਹੋਰ ਬੜੀਆਂ ਸਹੂਲਿਆਤ ਦਿੱਤੀਆਂ ਡੀਏਪ ਖਾਦ ਸਸਤੀ ਪਰ ਬੋਰੀ 500 ਤੱਕ ਰਿਹਾਇਤ ਦਿੱਤੀ ਜਿਹੜਾ ਕਿ ਦੱਸਿਆ ਵੀ ਲੰਬੜ ਸਾਹਿਬ ਨੇ ਕਿ ਖਾਦ ਸਾਨੂੰ ਪਿਛਲੇ ਸਾਲ ਨਾਲੋਂ ਇਹ ਸਾਲ ਡੀਪੀ ਵਾ ਵਾ ਰਿਹਾਇਤ ਮਿਲਦੀ ਰਹੀ ਏ ਲੇਕਿਨ ਇਹਨਾਂ ਦੀ ਇਹ ਗੱਲ ਵੀ ਗੋਚ ਰਹੀ ਏ ਔਰ 100% درست ਏ ਕਿ وفاق ਨੇ ਜਿਹੜੀਆਂ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਅਮਲ ਦਰਾਮਤ ਤੇ ਸੂਬਿਆਂ ਕਰਾਣਾ ਹੁੰਦਾ ਏ ਹੁਣ ਨਗਰ ਕਿਸੇ ਬੰਦੇ ਨੂੰ ਸੂਬਾ ਪੰਜਾਬ ਦੇ ਕਿਸੇ ਸ਼ਹਿਰ ਕਿਸੇ ਤਹਿਸੀਲ ਕਿਸੇ ਕਸਬੇ ਦੇ ਵਿੱਚ ਡੀਲਰ ਕੋਲੋਂ ਬੀਜ ਨਹੀਂ ਮਿਲ ਰਿਹਾ ਖਾਦ ਨਹੀਂ ਮਿਲ ਰਿਹਾ ਅਗਰ ਪੈਸਟੀਸਾਈਡਸ ਨਹੀਂ ਮਿਲ ਰਿਹਾ ਜ਼ਰੀਦਵਿਆਤ ਨਾ ਪੇਦ ਨੇ ਉਹਨਾਂ ਦੀ ਕਿੱਲਤ ਆ ਰਹੀ ਏ ਤੇ ਉਹਨਾਂ ਦੀ ਫਰਾਹਮੀ ਯਕੀਨੀ ਬਣਾਣਾ وزیر اعلی ਪੰਜਾਬ ਦਾ ਕੰਮ ਹੈ ਜਿਹੜੇ ਕਿ ਆਪੋਂ ਕਾਸ਼ਤਕਾਰ ਨੇ ਆਪੋਂ ਜ਼ਿੰਮੇਦਾਰ ਨੇ ਔਰ ਦਾਵਾ ਕਰਦੇ ਨੇ ਕਿ ਉਹ ਜੱਟ ਬਰਾਦਰੀ ਤੋਂ ਤਲਕ ਰੱਖਦੇ ਨੇ ਲੇਕਿਨ ਨਾ ਕਿਸੇ ਕਮਿਸ਼ਨਰ ਨੂੰ ਪੁੱਛ ਰਹੇ ਨੇ ਨਾ ਕਿਸੇ ਡੀਸੀ ਨੂੰ ਆਖ ਰਹੇ ਨੇ ਨਾ ਕਿਸੇ ਤਹਿਸੀਲ ਦੇ ਅਸਿਸਟੈਂਟ ਕਮਿਸ਼ਨਰ ਨੂੰ ਕੋਈ ਹਦਾਇਤ ਦੇ ਰਹੇ ਨੇ ਤੇ ਵਿਭਾਗ ਜ਼ਰਾਤ ਜਿਹੜਾ ਉਹ ਤੇ ਲੰਬੜ ਸਾਹਿਬ ਦੇ ਬਕੌਲ ਉੰਜੀ ਮੰਥਲੀਆਂ ਤੇ ਲੱਗਾ ਆਇਆ ਉਹ ਬਿਲਕੁਲ ਕਿਸੇ ਕਾਸ਼ਤਕਾਰ ਦੀ ਕਿਸੇ ਜ਼ਿੰਮੇਵਾਰ ਦੀ ਸੁਣਵਾਈ ਨਹੀਂ ਕਰ ਰਿਹਾ ਇਸ ਵਾਸਤੇ ਸਾਡੇ ਜਿਹੜੇ ਵਜ਼ੀਰ ਅਲਾ ਪੰਜਾਬ ਨੇ ਉਹਨਾਂ ਨੂੰ ਖੁਦ ਇਸ ਕੰਮ ਵਿੱਚ ਇਨਵੋਲ ਹੋਣਾ ਚਾਹੀਦਾ ਹੈ ਉਹ ਸਿਰਫ ਅਸੈਂਬਲੀਆਂ ਬਚਾਉਣ ਦੇ ਤੇ ਆਪਣੀ ਕੁਰਸੀ ਬਚਾਉਣ ਦੇ ਤੇ ਆਪਣੇ ਇਕਤਦਾਰ ਨੂੰ ਬਾਕੀ ਰੱਖਣ ਦੇ ਕੰਮ ਨੂੰ ਹੀ ਨਾ ਵੰਦੇ ਰਹਿਣ ਉਹ ਇਹ ਵੀ ਵੇਖਣ ਕਿ ਪੂਰੇ ਪੰਜਾਬ ਦੇ ਪੂਰੇ ਪਾਕਿਸਤਾਨ ਦੇ ਲੋਕਾਂ ਨੇ ਟੁੱਕਰ ਕਿੱਥੋਂ ਖਾਣਾ ਜੇ ਕਣਕ ਹੀ ਨਾ ਹੋਗੀ ਪੈਦਾਵਾਰ ਹੀ ਅਗਰ ਵਾਫਰ ਨਾ ਹੋਈ ਤੇ عوام ਤੇ ਫਿਰ ਕੈਤ ਸਾਲੀ ਦਾ ਸ਼ਿਕਾਰ ਹੋ ਜਾਏਗੀ ਤੇ ਸਾਰੇ ਭਾਂਡੇ ਜਿਹੜੇ ਨੇ ਉਹ ਵਫਾਕ ਤੇ ਜਾਂ وزیراعظم ਤੇ ਨਾ ਪੰਨੀ ਆਉਣ ਅੱਗੇ ਵਜ਼ੀਰ ਆਜ਼ਮ ਦੇ ਉੱਤੇ ਰੋਜ਼ ਦਾ ਇਲਜ਼ਾਮ ਹੈ ਕਿ ਮੁਲਕ ਨੂੰ ਦਿਵਾਲੀਆ ਉਹਨਾਂ ਘਰ ਛੱਡਿਆ ਚਲੋ ਉਹਨਾਂ ਜੇ ਘਰ ਛੱਡਿਆ ਹੈ ਤੇ ਇਹਨਾਂ ਨੂੰ ਥੱਲਿਓਂ ਬਚਾਣਾ ਚਾਹੀਦਾ ਹੈ ਇਹਨਾਂ ਨੂੰ ਆਪਣਾ ਸੂਬਾ ਤੇ ਬਚਾਣਾ ਚਾਹੀਦਾ ਹੈ ਔਰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਕਾਸ਼ਤਕਾਰ ਨੂੰ ਉਹ ਜਿਸ ਵੇਲੇ ਚਾਏ ਪੈਸੇ ਲੈ ਲੈ ਕੇ ਜ਼ਮੀਂਦਾਰ ਫਿਰਦਾ ਪਿਆ ਸੜਕਾਂ ਤੇ ਤੇ ਉਹਨੂੰ ਖਾਦ ਨਹੀਂ ਮਿਲ ਰਹੀ ਉਹਨੂੰ ਬੀਜ ਨਹੀਂ ਮਿਲ ਰਿਹਾ ਹਰ ਚੀਜ਼ ਵਿੱਚ ਮਿਲਾਵਟ ਹੈ ਖਾਦ ਬੀਜ ਪੈਸਟੀਸਾਈਡਸ ਖਾਲਸ ਨਹੀਂ ਮਿਲ ਰਹੀਆਂ ਹਰ ਚੀਜ਼ ਮਿਲਾਵਟ ਸ਼ੁਦਾ ਮਿਲ ਰਹੀ ਹੈ ਔਰ ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਅਸੀਂ ਇਹਨਾਂ ਦੋਸਤਾਂ ਦੀ ਇਹਨਾਂ ਆਪਣੇ ਜ਼ਮੀਦਾਰ ਭਰਾਵਾਂ ਦੀ ਆਵਾਜ਼ ਹੁਕਮਰਾਨਾਂ ਤਾਈਂ ਪਹੁੰਚਾ ਦਿੱਤੀ ਹੈ ਆਪਣੇ ਚੈਨਲ ਦੇ ਜ਼ਰੀਏ ਇਸ ਯਕੀਨ ਦੇ ਨਾਲ ਕਿ ਅੱਲਾਹ ਪਾਕ ਸੱਚਾ ਵੀ ਇਹਨਾਂ ਸਾਡੇ ਹੁਕਮਰਾਨਾਂ ਨੂੰ ਹਦਾਇਤ ਦੇਗਾ ਤੇ ਸਾਡੇ ਹੁਕਮਰਾਨ ਆਪ ਵੀ ਆਪਣੀ ਨੌਕਰੀ ਆਪਣਾ ਰਜ਼ਕ ਹਲਾਲ ਕਰਦਿਆਂ ਹੋਇਆਂ ਆਵਾਮੀ ਮਸਾਇਲ ਹੱਲ ਕਰਨ ਵੱਲ ਤਵਜੂ ਦੇਣਗੇ ਇਹਦੇ ਨਾਲ ਹੀ ਹੁਣ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹਵਾਂਗੇ ਰੱਬ ਰਾਖਾ ਤੇ ਅੱਲਾ ਬੇਲੀ ਰੌਣਕ ਹੋ ਜਾਊ ਚਾਟੇ